ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਸਾਰਿਆਂ ਦਾ ਮਨਪਸੰਦੀਦਾ ਪ੍ਰੋਗਰਾਮ MH1 ਤੇ। ਪ੍ਰੋਗਰਾਮ ਦਾ ਨਾਮ ਹੈ ਜੀ ਕੰਟੀਨੀ। ਲਓ ਜੀ, ਮੰਡੀਰ ਦੇ ਵਿੱਚ ਚੀਕਾਂ ਬਹੁਤ ਹੈ, ਮੰਡੀਰ 'ਚ ਇਕੱਲੀਆਂ ਮੰਡੀਰੀਆਂ ਹੀ ਹੈ, ਕੁੜੀਆਂ ਜ਼ਿਆਦਾ। ਸੋ ਮੇਰੇ ਭਰਾ ਥੋੜ੍ਹੇ ਜਿਹੇ ਸਾਊ ਜਿਹੇ ਬਣ ਕੇ ਉੱਧਰ ਖੜ੍ਹੇ ਆ ਵੀ ਚਲੋ ਕੋਈ ਨਹੀਂ। P.T.M ਆਰਿਆ ਕਾਲਜ ਨੂਰਮਹਿਲ, ਬਹੁਤ ਸ਼ਾਨਦਾਰ ਕੈਂਪਸ, ਔਰ ਬੱਚਿਆਂ ਦੇ ਵਿੱਚ ਕਿੰਨਾ ਕੁ ਟੈਲੈਂਟ ਆ ਉਹ ਆਪਾਂ ਦੇਖਾਂਗੇ ਅਤੇ ਗੱਲਾਂ ਬਾਤਾਂ ਇਹਨਾਂ ਨਾਲ ਕਰਦੇ ਹਾਂ। ਪਹਿਲੇ ਸਟੂਡੈਂਟ ਨੂੰ ਬੁਲਾਉਂਦੇ ਹਾਂ ਜੀ, ਆਓ ਜੀ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਰ। ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਇੱਥੇ ਆਉਣ 'ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਅੱਛਾ ਜੀ, ਹਾਂਜੀ, ਠੀਕ ਹੈ ਜੀ, ਬਹੁਤ ਵਧੀਆ। ਹੋਰ ਕਿਵੇਂ ਹੋ? ਲਿਆਓ ਕੰਬਲ, ਤਾਂ ਹੀ ਨਿੱਘਾ ਹੋਊਗਾ ਜੀ। ਮੈਂ ਤਾਂ ਅੱਗੇ ਠੰਡ ਵੀ ਲਾ ਦੀ, ਮੈਂ ਕਿਹਾ ਲੋਈ ਲਾਈ ਦੀ ਬੁੱਕਲ ਪਾਉਂਗੇ ਫਿਰ ਮੈਂ। ਜਦੋਂ ਜੀ ਧੰਨਵਾਦ ਹੈਗਾ। ਅੱਛਾ ਅੱਛਾ ਅੱਛਾ, ਇਹ ਨਿੱਘਾ, ਠੀਕ ਹੈ ਜੀ, ਧੰਨਵਾਦ ਧੰਨਵਾਦ। ਤੁਹਾਡਾ ਵੀ ਦਿਲ ਦੀਆਂ ਗਹਿਰਾਈਆਂ 'ਚ ਸਾਡੇ ਸ਼ੋਅ ਦੇ ਵਿੱਚ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਕੀ ਨਾਂ ਤੁਹਾਡਾ? ਟਵਿੰਕਲ। ਅੱਛਾ ਟਵਿੰਕਲ, ਹਾਂਜੀ। ਕੀ ਸ਼ੌਂਕ ਨੇ ਤੁਹਾਡੇ? ਮੇਰਾ ਜੀ ਡਾਂਸ, ਮਤਲਬ ਕੁਛ ਨਾ ਕੁਛ ਨਵਾਂ ਕਰਨਾ ਹੀ ਆ। ਅੱਛਾ ਜੀ, ਹਾਂਜੀ, ਐਂਕਰਿੰਗ ਵੀ ਹੈਗਾ ਥੋੜਾ ਬਹੁਤ। ਬਹੁਤ ਵਧੀਆ। ਪਰਿਵਾਰ 'ਚ ਕੌਣ ਕੌਣ ਤੁਹਾਡੇ? ਮੇਰੇ ਮੰਮਾ ਪਾਪਾ ਔਰ ਮੈਂ। ਮੰਮੀ ਪਾਪਾ ਜੀ ਲਾਇਆ ਕਰੋ ਨਾਲ ਆਪਣੇ ਤੋਂ ਵੱਡੇ। ਹਾਂ, ਮੰਮਾ ਜੀ, ਪਾਪਾ ਜੀ, ਭਈਆ ਜੀ, ਐਂਡ ਅਸੀਂ, ਐਂਡ ਮੈਂ ਜੀ। ਬਹੁਤ ਵਧੀਆ, ਬਹੁਤ ਵਧੀਆ, ਹਾਂਜੀ, ਬਹੁਤ ਵਧੀਆ, ਬਹੁਤ ਵਧੀਆ। ਕਿਹੜੀ ਕਲਾਸ 'ਚ ਜੀ? ਮੈਂ BCA ਫਸਟ ਈਅਰ। ਅੱਛਾ, ਪਹਿਲਾ ਸਾਲ ਹੀ ਆ ਜੀ। ਹਾਂਜੀ, ਠੀਕ ਹੈ ਜੀ। ਨਹੀਂ, DCA ਕਰ ਚੁੱਕੀ ਆ। ਕੀ ਕਰ ਰਿਹਾ? DCA ਕਰ ਚੁੱਕੀ ਆ, ਡਿਪਲੋਮਾ। ਅੱਛਾ, DCA ਕਰ ਲਿਆ। ਹਾਂਜੀ, ਹੁਣ BCA, ਅੱਗੇ MCA? ਨਹੀਂ, ਅੱਗੇ ਦਾ ਤਾਂ ਪਤਾ ਨਹੀਂ। ਅੱਛਾ, ਕੋਈ ਨਹੀਂ, ਕਰ ਲੈਣਾ। ਪੰਜਾਬ 'ਚ ਪੋਜੀਸ਼ਨ ਲਈ ਸੀ। ਪੰਜਾਬ ਕੀ ਲਿਆ ਇਹ? ਪੰਜਾਬ 'ਚ ਪੋਜੀਸ਼ਨ ਲਈ ਸੀ। ਅੱਛਾ, ਹਾਂਜੀ, ਕਿੰਨਵੀਂ? 15ਵੀਂ। 15ਵੀਂ? ਅੱਛਾ 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 ਅੱਛਾ, ਵਾਹ ਵਾਹ ਵਾਹ, ਬਹੁਤ ਵਧੀਆ, ਬਹੁਤ ਵਧੀਆ। ਹਾਂਜੀ, ਇੱਕ ਵਾਰ ਰੇਸ 'ਚ ਬੱਚੇ ਭੱਜ ਗਏ, ਉਹ ਘਰ ਆਏ ਕਹਿੰਦੇ ਡੈਡੀ ਸੈਕਿੰਡ ਆਇਆ। ਡੈਡੀ ਕਹਿੰਦੇ ਵਾਹ ਵਾਹ ਵਾਹ, ਕਹਿੰਦੇ ਜਵਾਕ ਕਿੰਨੇ? ਕਹਿੰਦੇ 2 ਹੀ। ਇੱਥੇ ਤਾਂ ਬੱਚੇ ਵੱਧ ਹੋਣਗੇ ਵੈਸੇ, ਹਨਾ, ਕਿ 15 ਹੀ ਸੀ? ਨਹੀਂ, ਇੱਥੇ ਤਾਂ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ, ਬਹੁਤ। ਕੀ ਸੁਣਾਓਗੇ? ਮੈਂ ਡਾਂਸ ਕਰੂੰਗੀ ਤੁਹਾਡੇ ਸੌਂਗ ਤੇ। ਅੱਛਾ ਜੀ, ਮਤਲਬ ਬ੍ਰੇਕ ਡਾਂਸ ਥੋੜਾ ਜਿਹਾ ਤੁਹਾਡੇ ਪੰਜਾਬੀ ਸੌਂਗ ਤੇ ਟਰਾਈ ਕਰਨ ਦੀ ਕੀਤੀ ਆ। ਬਹੁਤ ਵਧੀਆ, ਬਹੁਤ ਵਧੀਆ ਟਰਾਈ ਤੁਸੀਂ ਕਰ। ਪਹਿਲਾਂ ਕਿਹਾ ਵੀ ਨਵਾਂ ਹੀ ਕਰਦੀ ਆ ਮੈਂ ਕੁਝ। ਹਾਂਜੀ ਹਾਂਜੀ ਹਾਂਜੀ, ਕੁਛ ਨਾ ਕੁਛ ਮੈਂ ਕਿਹਾ ਤੁਹਾਡੇ ਸੌਂਗ ਤੇ ਕਰੀਏ। ਚਲੋ, ਬਹੁਤ ਮਿਹਰਬਾਨੀ, ਮੈਂ ਤੁਹਾਡਾ ਧੰਨਵਾਦ ਕਰਨਾ। ਉਹ ਤੇਰਾ ਚੰਨ ਤੋਂ ਸੁਨੱਖਾ ਮੁਖ ਸੋਹਣੀਏ, ਤੋੜ ਦਿੰਦਾ ਮੇਰੇ ਸਾਰੇ ਦੁੱਖ ਸੋਹਣੀਏ, ਉਹ ਫੁੱਲਾਂ ਨਾਲੋਂ ਵੱਧ ਤੇਰੀ ਕੇਰ ਕਰਨੀ, ਮੇਰੀ ਜ਼ਿੰਦਗੀ ਦੀ ਖਾਲੀ ਥਾਂ ਤੂੰ ਭਰਨੀ, ਉਹ ਤੇਰੇ ਉੱਤੇ ਮਰਦਾ ਮੈਂ, ਪਿਆਰ ਤੈਨੂੰ ਕਰਦਾ ਮੈਂ, ਜੋ ਵੀ ਜਿੱਤਿਆ ਮੈਂ ਅੱਜ ਤਾਈਂ ਤੇਰੇ ਤੋਂ ਹਾਰੂੰਗਾ। ਤੂੰ ਜਿੱਥੇ ਜਿੱਥੇ ਪੈਰ ਧਰੇਗੀ ਮੈਂ ਉੱਥੇ ਉੱਥੇ ਜਾਨ ਵਾਰੂੰਗਾ, ਤੂੰ ਜਿੱਥੇ ਜਿੱਥੇ ਪੈਰ ਧਰੇਗੀ ਮੈਂ ਉੱਥੇ ਉੱਥੇ ਜਾਨ ਵਾਰੂੰਗਾ, ਤੂੰ ਜਿੱਥੇ ਜਿੱਥੇ ਪੈਰ ਧਰੇਗੀ ਮੈਂ ਉੱਥੇ ਉੱਥੇ ਜਾਨ ਵਾਰੂੰਗਾ। ਸਤਿ ਸ੍ਰੀ ਅਕਾਲ ਜੀ, ਕੀ ਨਾਂ ਤੁਹਾਡਾ ਜੀ? ਸਿਮਰਨਪ੍ਰੀਤ ਕੌਰ। ਓਕੇ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ? ਅਸੀਂ ਮਿੱਠੜੇ ਤੋਂ। ਮਿੱਠੜੇ ਤੋਂ? ਹਾਂਜੀ। ਖੱਟੜੇ ਤੋਂ ਨਹੀਂ? ਨਹੀਂ, ਮਿੱਠੜੇ ਤੋਂ। ਅੱਛਾ, ਮਿੱਠੜੇ ਤੋਂ। ਹਾਂਜੀ, ਮਿੱਠੇ ਲੋਕ ਮਿੱਠੜੇ ਦੇ। ਮਿੱਠੜਾ, ਵਾ 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 ਵਾ, ਕਿੰਨੀ ਆਬਾਦੀ ਪਿੰਡ ਦੀ? ਪਿੰਡ ਦੀ ਨੋ ਆਈਡੀਆ। ਅੱਛਾ, ਤੇ ਸਾਰੇ ਵੈਸੇ ਸਾਰੇ ਮਿੱਠੜੇ ਨੇ? ਹਾਂਜੀ, ਸਾਰੇ ਮਿੱਠੇ ਹੀ ਆ। ਮਿੱਠਾ ਘੱਟ ਖਾਂਦੇ ਹੋ ਤੁਸੀਂ? ਹਾਂ, ਮਿੱਠਾ ਮੈਂ ਘੱਟ ਖਾਂਦੀ ਹਾਂ, ਬਾਕੀ ਦਾ ਮਿੱਠਾ ਨਾ ਹੀ ਮਿੱਠੜਾ ਨਾ। ਹਾਂਜੀ, ਲੋੜ ਹੀ ਨਹੀਂ ਪੈਂਦੀ। ਬਹੁਤ ਵਧੀਆ, ਕੀ ਸ਼ੌਂਕ ਨੇ ਤੁਹਾਡੇ? ਸ਼ੌਂਕ ਤਾਂ ਮੇਰੇ ਰੀਡਿੰਗ, ਸੌਂਗ ਸੁਣਨੇ। ਕੀ ਪੜ੍ਹਦੇ ਹੋ? +2। ਮੈਂ ਸੋਚਿਆ ਕਿਉਂਕਿ ਵੀ ਨਾਵਲ ਪੜ੍ਹਦੇ। ਅੱਛਾ, +2 ਚ ਪੜ੍ਹਦੇ? ਹਾਂਜੀ। ਓਕੇ ਓਕੇ ਓਕੇ, +2 ਦੀ ਪੜ੍ਹਾਈ ਕਰਨ ਦਾ ਸ਼ੌਂਕ ਹੈ ਤਾਂ? ਹਾਂਜੀ, ਬਹੁਤ ਵਧੀਆ। ਕਿੰਨੇ ਪਰਸੈਂਟ ਨੰਬਰ ਆਏ 11ਵੀਂ ਚ? ਕਿੰਨੇ ਸੀ? 86%। 86? ਹਾਂਜੀ, ਓਹ ਹੋ, ਤਾਂ ਬਹੁਤ ਆ ਗਏ ਜੀ। ਬਹੁਤ ਨਹੀਂ, ਅਜੇ ਹੋਰ ਲੈਣੇ। ਇਹ ਤਾਂ ਸਾਰੇ 100 ਨੂੰ 14 ਹੀ ਰਹਿ ਗਏ ਮੁੜ ਕੇ। ਬਹੁਤ ਵਧੀਆ ਜੀ, ਬਹੁਤ ਵਧੀਆ। ਕਿੰਨੀ ਫਿਟਿੰਗ ਹੈ ਜੀ ਤੁਹਾਡੀ? ਕਿੰਨੇ ਕੁ ਘੰਟੇ ਪੜ੍ਹਦੇ ਹੋ ਮਤਲਬ ਦਿਹਾੜੀ ਦੇ? ਇਹ ਤਾਂ ਕੋਈ ਹਿਸਾਬ ਨਹੀਂ ਹੈਗਾ। ਕਿੰਨੇ ਵਜੇ ਉੱਠਦੇ ਹੋ ਸਵੇਰੇ? ਸਵੇਰੇ 6:30। ਉੱਠ ਵੀ ਜਾਂਦੇ ਹੋ? ਕਾਲਜ ਦਾ ਟਾਈਮ ਹੋ ਜਾਂਦਾ 7:10 ਤੇ ਬੱਸ ਆ ਜਾਂਦੀ। ਅੱਛਾ, 6:30 ਉੱਠ ਕੇ 7:10 ਤੇ ਬੱਸ। ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਕਾਲਜ? ਕਾਲਜ ਛੁੱਟੀ ਹੁੰਦੀ 2:30 ਤੇ। ਅੱਛਾ, 2:30 ਤੇ, 2:30 ਤੇ ਕਹਿਣ ਲੱਗੀ ਕਾਲਜ ਛੁੱਟੀ ਹੁੰਦੀ ਹੈ 2:30 ਤੇ।
ਇੱਕ ਡੇਢ ਵਜੇ ਆਪਾਂ ਫ੍ਰੀ ਹੋ ਜਾਂਦੇ ਆ, ਦੋ ਢਾਈ ਤੇ ਬਸ ਆਏ। ਅੱਛਾ ਢਾਈ ਵਜੇ ਛੁੱਟੀ ਹੋ ਜਾਂਦੀ ਹੈ, ਘਰੇ ਪਹੁੰਚ ਜਾਂਦੇ ਹੋ ਤਿੰਨ ਸਾਢੇ ਤਿੰਨ ਤੱਕ। ਅੱਛਾ ਸਾਢੇ ਤਿੰਨ ਤੱਕ ਪਹੁੰਚ ਜਾਂਦੇ ਹੋ, ਫਿਰ ਘਰੇ ਰੋਟੀ ਪਾਣੀ ਹੈ ਨਾ, ਤੇ ਫਿਰ ਕਿੰਨੇ ਫਿਰ ਪੜ੍ਹਾਈ, ਪਹਿਲਾਂ ਇੱਥੇ ਪੜ੍ਹ ਲਈ ਫਿਰ ਜਾ ਕੇ ਥੋੜ੍ਹੀ ਜਿਹੀ ਰੈਸਟ, ਫਿਰ ਕਿੰਨੇ ਵਜੇ ਪੜ੍ਹਾਈ ਸ਼ੁਰੂ ਅਸਲ 'ਚ ਜਿਹੜੀ ਹੁਣ ਬੱਚੇ ਬਹਿ ਗਏ? ਸਾਢੇ ਚਾਰ ਵਜੇ ਬੱਚੇ ਬਹਿ ਜਾਂਦੇ ਨੇ ਮਿੱਠੜੇ ਪਿੰਡ ਵਾਲੇ ਪੜ੍ਹਨ। ਹਾਂਜੀ ਬਹਿ ਜਾਂਦੇ ਸਾਢੇ ਚਾਰ ਤੋਂ, ਸਾਢੇ ਚਾਰ ਤੋਂ ਆਪਣੀ ਮਰਜ਼ੀ ਤੋਂ ਦਿਲ ਕੀਤਾ, ਫਿਰ ਵੀ ਸਾਡਾ ਦਿਲ ਤਾਂ 4:35 ਤੇ ਖਤਮ ਹੋ ਜਾਂਦਾ ਸੀਗਾ। ਡੈਡੀ ਨੇ 4:30 ਕੁੱਟ ਕੁੱਟ ਕੇ ਬਿਠਾਇਆ, 4:35 ਤੇ ਉੱਠ ਗਏ, ਦੋ ਥੱਪੜ ਫੇਰ ਕਰਦੇ ਫਿਰ 4:40 ਤੇ ਉੱਠ ਗਏ। ਹਾਂਜੀ ਸਾਡਾ ਥੋੜਾ ਲੰਬਾ ਚੱਲਦਾ ਨਾ, ਸਾਢੇ 6 ਤੱਕ, ਸਾਢੇ 4 ਤੋਂ ਲੈ ਕੇ ਸਾਢੇ 6 ਤੱਕ ਪੜਨਗੇ ਮਿੱਠੜੇ ਵਾਲੇ। 6:30 ਵਜੇ ਕੋਲਡ ਕਾਫੀ, ਕੋਲਡ ਕਾਫੀ ਨਹੀਂ ਪੀਂਦੇ। ਅੱਛਾ ਦੁੱਧ 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 ਵਿਦਆਊਟ ਮਿੱਠਾ? ਹਾਂਜੀ ਕਿਉਂਕਿ ਪਿੰਡ ਮਿੱਠੜਾ ਨਾ, ਥੋੜਾ ਬਹੁਤਾ। ਅੱਛਾ ਅੱਛਾ ਥੋੜਾ ਜਿਹਾ ਥੋੜਾ ਜਿਹਾ, ਲਾਈਟ ਜਿਹਾ ਮਿੱਠਾ ਜ਼ਿਆਦਾ ਨਹੀਂ ਹੋਣਾ ਚਾਹੀਦਾ, ਲਾਈਟ ਜਿਹਾ ਲਾਈਟ ਜਿਹਾ ਲਾਈਟ ਜਿਹਾ। 6:30 ਵਜੇ ਇੱਕ ਦੁੱਧ ਦਾ ਕੱਪ ਪੀ ਕੇ, ਹਾਂਜੀ 4:30 ਤੋਂ ਜਿਹੜੀ 6:30 ਤੱਕ ਪੜ੍ਹਾਈ ਕੀਤੀ ਹੈ ਉਹ ਹਜਮ ਕਰਕੇ ਦੁੱਧ ਦੇ ਨਾਲ। ਹੋਰ 6:30 ਤੋਂ ਬਾਅਦ, 6:30 ਤੋਂ ਬਾਅਦ ਅੱਧਾ ਕੁ ਘੰਟਾ ਬਾਹਰ ਟਹਿਲ ਲੈਣਾ। ਅੱਛਾ ਵੈਸੇ ਐ ਜੀ ਕਦੇ ਐ ਨੂੰ ਚੱਲ ਗਿਆ, ਵੈਸੇ ਕਦੇ ਇੱਧਰ ਕਦੇ ਇੱਧਰ, ਕਦੇ ਇੱਧਰ ਗਵਾਂਢੀਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਆਂਟੀ ਜੀ ਇਦਾਂ ਇਦਾਂ, ਗਵਾਂਢੀਆਂ ਨਾਲ ਵੀ ਬਣਾ ਕੇ ਰੱਖਣੀ ਚਾਹੀਦੀ, ਬਹੁਤ ਜ਼ਰੂਰੀ ਹੈ, ਗਵਾਂਢ ਮੱਥਾ ਕੰਮ ਆਉਂਦਾ ਹੈ। 7 ਵੱਜ ਗਏ ਜੀ, ਹੁਣ ਜੀ 7:00 ਵਜੇ ਤੱਕ ਫਿਰ ਟਹਿਲਣ ਲੱਗ ਗਏ, ਕਿਸੇ ਨੇ ਬੁਲਾ ਲਿਆ, ਕਿਸੇ ਦਾ ਕੋਈ ਕੰਮ, ਵੈਸੇ ਹੀ ਬਾਹਰ ਖੜ ਕੇ ਵੀ ਕੋਈ ਬੁਲਾ ਲਵੇ, ਜਿਹਦੇ ਨਾਲ ਯੂਥ ਨੂੰ ਇੱਕ ਮੈਸੇਜ ਦੇਣਾ ਨਸ਼ਿਆਂ ਦੇ, ਜ਼ਰੂਰ ਜ਼ਰੂਰ ਜ਼ਰੂਰ, ਪੈਣੀ ਨਸ਼ਿਆਂ ਦੀ ਕਦੋਂ ਤੱਕ, ਸੀਨੇ ਵਿੱਚ ਰੜਕ ਪੰਜਾਬ ਦੇ ਰੰਗ, ਇਹ ਜਵਾਨੀ ਦਿੱਤਾ ਰੱਬ ਨੇ ਗਹਿਣਾ, ਨਸ਼ਿਆਂ ਦੇ ਵਿੱਚੋਂ ਪੱਲੇ ਕੁਝ ਵੀ ਨਹੀਂ ਪੈਣਾ, ਮੰਨ ਲਓ ਕੋਈ ਮੇਰਾ ਇਹ ਕਹਿਣਾ, ਸੁਣੋ ਉਹ ਲੋਕੋ, ਮੰਨ ਲਓ ਕੋਈ ਮੇਰਾ ਇਹ ਕਹਿਣਾ, ਗੱਲ ਕੇ ਜਵਾਨੀ ਨਾ ਕਰੋ ਜ਼ਿੰਦਗੀ ਖਰਾਬ ਏ, ਗੱਲ ਕੇ ਜਵਾਨੀ ਨਾ ਕਰੋ ਜ਼ਿੰਦਗੀ ਖਰਾਬ ਏ, ਪੈਣੀ ਨਸ਼ਿਆਂ ਦੀ ਕਦ ਤੱਕ, ਸੀਨੇ ਵਿੱਚ ਰੜਕ ਪੰਜਾਬ ਦੇ, ਪੈਣੀ ਨਸ਼ਿਆਂ ਦੀ ਕਦ ਤੱਕ, ਸੀਨੇ ਵਿੱਚ ਰੜਕ ਪੰਜਾਬ ਦੇ। ਥੈਂਕ ਯੂ, ਬਹੁਤ ਵਧੀਆ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਧੰਨਵਾਦ। ਤੋ ਜ਼ਰੂਰ ਵੀਰਾਂ ਨੂੰ ਬੇਨਤੀ ਹੈ ਵੀ ਨਸ਼ਿਆਂ ਤੋਂ ਦੂਰ ਆਪਣੇ ਕੰਮ ਕਾਰ ਵਾਲੇ ਪਾਸੇ ਹੋ ਜਾਓ, ਵਧੀਆ ਸਿਹਤ ਵਾਲੇ ਪਾਸੇ, ਜਿਮ ਵਾਲੇ ਪਾਸੇ, ਪਰਿਵਾਰ ਨਾਲ ਟਾਈਮ ਸਪੈਂਡ ਕਰਿਆ ਕਰੋ। ਵੀਰਾਂ ਆਉਂਦਾ ਅੱਗੇ, ਆਓ ਜੀ, ਆਓ 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 ਆਓ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਮੈਂ ਸੋਚਿਆ 15 ਮਿੰਟ ਬਾਅਦ ਬੋਲੂੰਗੇ, ਪਹਿਲੇ ਕਹਿ, ਅੱਛਾ ਜੋ ਪਹਿਲਾਂ ਆਪਣਾ ਮੰਚ ਹੀ ਕਹਿਤੀ, ਓਕੇ 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 ਓਕੇ, ਮੰਚ ਕਹਿੰਦੇ ਕਹੀ ਸਤਿ ਸ਼੍ਰੀ ਅਕਾਲ ਅਤੇ ਕਹੀ ਗਾਲ ਪਤਾ ਹੀ ਲਾ ਦੀ ਹੁੰਦੇ। ਸਹੀ ਗੱਲ ਹੈ ਜੀ, ਹੈ ਸਹੀ ਗੱਲ ਹੈ, ਤੁਸੀਂ ਸਤਿ ਸ਼੍ਰੀ ਅਕਾਲ ਕੀ ਗੱਲ ਕੱਢੀ ਉੱਥੇ? ਸਤਿ ਸ਼੍ਰੀ ਅਕਾਲ ਹੀ ਕਹੀ, ਫਿਰ ਠੀਕ ਹੈ, ਕੀ ਨਾਮ ਹੈ? ਅਭਿਸ਼ੇਕ ਜੀ, ਅਭਿਸ਼ੇਕ ਕਿੱਥੋਂ? ਗਮਟਾਲੀ ਤੋਂ ਜੀ, ਗਮਟਾਲੀ, ਪਰਿਵਾਰ 'ਚ ਕੌਣ ਕੌਣ? ਮੰਮੀ, ਪਾਪਾ, ਭਰਾ ਛੋਟਾ, ਬਸ ਮੈਂ। ਨਹੀਂ ਲਾਉਣਾ ਕਿ ਨਹੀਂ ਲਾਉਣਾ ਤੁਹਾਨੂੰ ਸਾਹਮਣੇ ਲਾ ਦਿਆ ਕਰਾਂਗੇ, ਸਾਹਮਣੇ ਦੇਖਣ ਦੇ ਹੁਣ ਕਰਦੇ। ਕਿਆ ਮੰਮੀ ਜੀ ਸਤਿ ਸ਼੍ਰੀ ਅਕਾਲ, ਮੰਮੀ ਸਤਿ ਸ਼੍ਰੀ ਅਕਾਲ, ਪੈਰੀ ਪੈ ਕੇ ਮੰਮੀ ਜੀ, ਪੈਰੀ ਪੈਣਾ, ਪੈਰੀ ਕਿੱਥੇ ਪੈ, ਮੈਂ ਹੁਣ ਮੰਗੇ ਲੈ ਰਹੀ। ਕਿਆ ਮੰਮੀ ਜੀ ਪਿਆਰ ਨਾਲ, ਕਿਆ ਜਿਵੇਂ ਉਹਨਾਂ ਨੇ ਪਿਆਰ ਨਾਲ ਪਾਲਿਆ, ਕਿਆ ਮੰਮੀ ਜੀ, ਮੰਮੀ ਜੀ ਹੱਸ ਕੇ, ਹੱਸ ਕੇ, ਹੱਸ ਕੇ ਨਹੀਂ, ਕਿੰਨਾ ਟਾਈਮ ਲੱਗਿਆ ਜੀ ਬਣਾਉਣ 'ਚ ਤੁਹਾਨੂੰ? 2 ਘੰਟੇ, 2 ਘੰਟੇ, ਬਹੁਤ ਵਧੀਆ। ਮਾਲਕ ਤੁਹਾਡੀ ਜਿਹੜੀ ਕਲਾ ਹੈ ਉਹਨੂੰ ਹੋਰ ਨਿਖਾਰੇ, ਹੋਰ ਤੁਹਾਡੇ ਪਰਮਾਤਮਾ ਬਖਸ਼ਿਸ਼ ਕਰੇ, ਬਹੁਤ ਵਧੀਆ, ਥੈਂਕ ਯੂ ਸੋ ਮਚ ਇੱਕ ਵਾਰੀ ਫਿਰ ਤੋਂ, ਥੈਂਕ ਯੂ ਸੋ ਮਚ, ਫਿਰ ਮੱਥੇ ਤੁਹਾਡਾ ਪਿਆਰ। ਕਿਹੜੀ ਕਲਾਸ 'ਚ? ਮੈਂ BA ਫਸਟ ਈਅਰ। BA ਫਸਟ ਈਅਰ, ਕਿਹੜੇ ਸਬਜੈਕਟ ਰੱਖੇ ਨੇ? ਪੋਲੀਟੀਕਲ, ਫਿਜ਼ੀਕਲ, ਸਾਇੰਸ। ਹਾਂਜੀ, ਪੂਰਾ ਬੋਲਿਆ ਕਰ, ਤੂੰ ਸਬਜੈਕਟ ਹੀ ਪਹਿਲਾਂ ਉਹਨੇ ਲੈਣਾ, ਨੰਬਰ ਕਿੱਥੋਂ ਆਣਗੇ? ਅੱਛਾ ਪੋਲੀਟੀਕਲ ਸਾਇੰਸ, ਪੋਲੀਟੀਕਲ ਸਾਇੰਸ, ਫਿਜ਼ੀਕਲ, ਆਪਣਾ ਸ਼ੌਕ ਨਾਲ ਨਾਲ ਤੁਸੀਂ ਅੱਗੇ ਲੈ ਕੇ ਜਾਓ, ਗੋਡ ਬਲੈਸ ਯੂ। ਸਤਿ ਸ੍ਰੀ ਅਕਾਲ ਜੀ, ਕੀ ਨਾਂ ਹੈ ਤੁਹਾਡਾ? ਕਵਿਤਾ। ਕਵਿਤਾ ਜੀ, ਤੁਹਾਡਾ ਜੀ? ਹਰਮਨਪ੍ਰੀਤ। ਹਰਮਨਪ੍ਰੀਤ ਜੀ, ਤੁਸੀਂ ਕੀ ਪੇਸ਼ ਕਰੋਗੇ ਜੀ? ਭੰਗੜਾ।
ਵਾਸਤੇ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਜੀ ਇੱਕ ਨਿੱਕੇ ਜੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ। ਰੌਣਕਾਂ ਲੱਗੀਆਂ ਹੋਈਆਂ ਨੇ, ਸ਼ਹਿਰ ਹੈਗਾ ਜੀ ਨੂਰਮਹਿਲ, ਨੂਰਮਹਿਲ ਦੀ ਮੋਰੀ, ਦੋ ਤਾਰਾ ਵੱਜਦਾ ਵੇ ਹੈ ਸਾਂਝਣਾ ਨੂਰਮਹਿਲ ਦੀ ਮੋਰੀ। ਸੋ ਅਗਲੇ ਬੱਚੇ ਨੂੰ ਬੁਲਾਉਂਦੇ ਹਾਂ, ਆਓ ਜੀ ਇੱਧਰ। ਠੀਕ ਹੈ ਹੁਣ? ਚਲੋ ਵਧੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੁਣ ਮੈਂ ਕਿਹੜੀ ਗੱਲ ਕੱਢਾਂ ਹੈ? ਨਹੀਂ, ਬਹੁਤ ਵਧੀਆ। ਕੀ ਨਾਂ ਤੁਹਾਡਾ? ਇੰਸਟਾ 'ਤੇ ਮੈਨੂੰ ਬਿਗ ਫੈਨ ਆਫ ਰਵਨੀਤ ਕਹਿੰਦੇ ਆ, ਤੇ ਘਰ ਦੇ ਮੈਨੂੰ ਪਾਗਲ। ਅੱਛਾ, ਤੇ ਕਾਲਜ ਵਾਲੇ ਕੀ ਕਹਿੰਦੇ ਆ? ਕਾਲਜ ਵਾਲੇ ਅਮਰਜੀਤ ਕੌਰ ਕਹਿੰਦੇ ਆ। ਬਹੁਤ ਵਧੀਆ। ਤੇ ਜਿੱਥੇ ਹੁਣ ਗਈ ਆ ਪੜਾਉਣ ਉੱਥੇ ਸਮਰਾ ਗੱਲ ਕਹਿੰਦੇ ਆ। ਅੱਛਾ, ਤੁਸੀਂ ਪੜਾਉਂਦੇ ਹੋ ਤੁਸੀਂ? ਹਾਂਜੀ। ਤੁਸੀਂ ਕੀ ਪੜਾਉਂਦੇ ਹੋ? ਉਹ ਛੱਡੋ ਤੁਸੀਂ, ਮੈਨੂੰ ਟਾਈਮ ਬਹੁਤ ਚਾਹੀਦਾ। ਬਹੁਤ ਲੋਕਾਂ ਨੇ ਕਿਹਾ ਆ ਕਈ ਪਰ ਮੈਨੂੰ ਇਹ ਨਹੀਂ ਪਤਾ ਮੈਂ ਕੀ ਕਹਾਂ। ਅੱਛਾ, ਬਹੁਤ ਲੋਕਾਂ ਨੇ ਕਿਹਾ ਵੀ ਆ ਕਈ ਤੇ ਮੈਨੂੰ ਨਹੀਂ ਪਤਾ ਵੀ ਮੈਂ ਕੀ ਕਹਾਂ। ਵਾਹ, ਇਹ ਆਪਣੇ ਆਪ 'ਚ ਬੜੀ ਬੁਝਾਰਤ ਹੈ ਤੁਹਾਡੀ ਤਗੜੀ। ਵਾਹ 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 ਵਾਹ। ਤੁਸੀਂ ਪੜਾਉਂਦੇ ਹੋ ਪਹਿਲਾਂ ਮੈਨੂੰ ਇਹ ਦੱਸੋ। ਅੱਛਾ ਜੀ, ਬਾਕਮਾਲ ਬੱਚੇ ਕਿੱਥੇ ਕਿਹੜੇ ਕਾਲਜ ਪੜ੍ਹਾਉਂਦੇ ਨੇ, ਮੈਂ ਵੀ ਦੇਖਾਂ। ਛੋਟਾ ਬੱਚਾ ਆ ਮੱਧ ਪ੍ਰਦੇਸ਼ ਤੋਂ। ਛੋਟਾ ਬੱਚਾ ਆ ਮੱਧ ਪ੍ਰਦੇਸ਼ ਨੇ, ਮੇਰਾ ਤਾਂ ਨਹੀਂ, ਮੇਰੀ ਦੀਦੀ ਦਾ ਆ। ਅੱਛਾ, ਤੁਹਾਡੇ ਮੱਧ ਪ੍ਰਦੇਸ਼ ਤੋਂ ਸ਼ਾਲੂ ਕੁਰੈਸ਼ੀ ਆ, ਉਹਨਾਂ ਦਾ ਬੇਟਾ ਆ, ਤੁਹਾਡਾ ਬਹੁਤ ਵੱਡਾ ਫੈਨ ਆ। ਨਹੀਂ, ਬੱਚਾ ਤਾਂ ਠੀਕ ਹੈ ਕਿ ਨਾ ਜੀ? ਦੀਦੂ ਦਾ, ਦੀਦੀ ਦਾ, ਦੀਦੂ। ਅੱਛਾ, ਦੀ ਭੈਣ ਦਾ ਬੱਚਾ? ਹਾਂਜੀ ਹਾਂਜੀ। ਅੱਛਾ ਅੱਛਾ, ਨਹੀਂ ਵੈਸ, ਹਾਂਜੀ ਹਾਂਜੀ ਹੈਗਾ। ਚਲੋ ਤੁਸੀਂ ਲਿਖ ਦੋ। ਨਹੀਂ ਹੈਗਾ ਨਹੀਂ, ਸੱਚੀ ਦੱਸੋ ਕਿਹਦਾ ਬੱਚਾ ਜੀ? ਜੋਇਨ ਲਿਖ ਦੋ ਜਲਦੀ। ਬੜੀ ਮਿਹਰਬਾਨੀ, ਪਿਆਰ ਸਤਿਕਾਰ। ਗਿਫਟ ਖੋਲੋ ਹੁਣ ਜਲਦੀ ਜਲਦੀ। ਉਹ ਤੁਹਾਡੀ ਭਲੀ ਹੋ, ਇਹ ਤੇ ਜਾਦੂ ਹੈ ਬਈ। ਇਹਦੇ ਬੜੀ ਵਧੀਆ ਚੀਜ਼ ਲਿਆਂਦੀ ਤੂੰ। ਬੱਲੇ ਬੱਲੇ ਹਾਂ, ਮੇਰੀ ਆਈਡੀ ਯਾਦ ਰੱਖਿਓ। ਠੀਕ ਹੈ ਠੀਕ ਹੈ ਠੀਕ ਹੈ। ਭੁੱਲਣਾ ਨਹੀਂ, ਮੈਨੂੰ ਤਾਂ ਕਮੈਂਟ ਦੇ ਰਿਪਲਾਈ ਤੁਸੀਂ ਕਰ ਦਿੰਦੇ ਆ, ਪਰ ਦੀਦੂ ਦਾ ਨਹੀਂ ਕਰਦੇ, ਇਸ ਲਈ ਮੈਂ ਕਮੈਂਟ ਕਰਨਾ ਛੱਡਤਾ। ਓਹੋ, ਦੀਦੂ ਦੀਦੂ ਜੈ ਦੀਦੂ ਜੈ ਕਰ ਦਿਓ, ਪਲੀਜ਼ ਕਰ ਦਿਓ। ਜੈ ਦੀਦੂ ਜੈ ਦੀਦੂ। ਇੱਕ ਡ੍ਰੀਮ ਪੂਰਾ ਕਰ ਦਿਓ। ਹਾਂਜੀ ਹਾਂਜੀ, ਤੁਸੀਂ ਆਪਣੇ ਸੌਂਗ ਤੇ ਨਾ ਮਤਲਬ ਮੇਰੇ ਲਈ। ਹਾਂਜੀ ਹਾਂਜੀ ਹਾਂਜੀ, ਆਪਣੇ ਸੰਗ ਲਈ ਜਿੱਥੇ ਜਿੱਥੇ ਪਿਆਰ ਕਰੂੰਗੀ ਮੈਂ ਉੱਥੇ ਉੱਥੇ ਜਾਨ ਮਾਰੂੰਗਾ। ਬੋਲਣ ਤੇ ਡਿਆ, ਬੋਲਣ ਤੇ ਡਿਆ। ਨਹੀਂ, ਲਗਾਓ ਲਗਾਓ, ਤੁਹਾਡੀ ਭਲੀ ਹੋ ਜੇ, ਲਾਓ ਵੀ ਗਾਣਾ। ਉਹ ਤੇਰਾ ਚੰਨ ਤੋਂ ਸੁਨੱਖਾ ਮੁੱਖ ਸੋਹਣੀਏ, ਤੋੜ ਦਿੰਦਾ ਮੇਰੇ ਸਾਰੇ ਦੁੱਖ ਸੋਹਣੀਏ, ਉਹ ਫੁੱਲਾਂ ਨਾਲੋਂ ਵੱਧ ਤੇਰੀ ਕੇਅਰ ਕਰਨੀ, ਮੇਰੀ ਜ਼ਿੰਦਗੀ ਦੀ ਖਾਲੀ ਥਾਂ ਤੂੰ ਭਰਨੀ, ਉਹ ਤੇਰੇ ਉੱਤੇ ਮਰਦਾ ਮੈਂ, ਪਿਆਰ ਤੈਨੂੰ ਕਰਦਾ ਮੈਂ, ਜੋ ਵੀ ਜਿੱਤੇ ਆ ਮੈਂ ਅੱਜ ਤਾਈਂ ਤੇਰੇ ਤੋਂ ਹਾਰੂੰਗਾ। ਤੂੰ ਜਿੱਥੇ ਜਿੱਥੇ ਪੈਰ ਧਰੇਗੀ ਮੈਂ ਉੱਥੇ ਉੱਥੇ ਜਾਨ ਮਾਰੂੰਗਾ, ਤੂੰ ਜਿੱਥੇ ਜਿੱਥੇ ਪੈਰ ਧਰੇਗੀ ਮੈਂ ਉੱਥੇ ਉੱਥੇ ਜਾਨ ਮਾਰੂੰਗਾ। ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ। ਕੱਲਿਆਂ ਨੇ ਨੀ ਹੋਣਾ? ਹਾਂਜੀ, ਤੁਸੀਂ ਪਿੰਡ ਲਏ ਨਾਲ। ਪਹਿਲਾਂ ਤਾਂ ਤੁਹਾਨੂੰ ਹੈਲੋ, ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀ ਮੇਰੇ ਵੱਲੋਂ। ਹਾਂ, ਇਹ ਠੀਕ ਹੈ। ਕੀ ਨਾਂ ਤੁਹਾਡਾ? ਪੱਲਵੀ। ਤੁਹਾਡਾ ਜੀ? ਪ੍ਰਭਜੋਤ। ਤੁਹਾਡਾ ਜੀ? ਤਾਨਿਆ। ਤਾਨਿਆ, ਪ੍ਰਭਜੋਤ ਤੇ ਪੱਲਵੀ। ਹਾਂਜੀ, ਕਿੱਥੋਂ ਜੀ? ਨੂਰਮਹਿਲ। ਸਾਗਰਪੁਰ। ਸਾਗਰਪੁਰ ਨੂਰਮਹਿਲ। ਨੂਰਮਹਿਲ, ਠੀਕ ਹੈ ਜੀ। ਕਿਹੜੇ ਕਲਾਸ ਦੇ ਵਿੱਚ? ਪਲੱਸ 2 ਆਲ। ਅੱਛਾ, ਸਾਰਾ ਹੀ ਬਸ, ਠੀਕ ਹੈ ਜੀ। ਕਿਹੜੇ ਸਬਜੈਕਟ ਰੱਖੇ ਨੇ? ਮੈਥ, ਇਕਨੋਮਿਕਸ, ਇਲੈਕਟਿਵ, ਇੰਗਲਿਸ਼। ਉਹ ਤੁਹਾਡੀ ਭਲੀ ਹੋਈ, ਪੜ੍ਹਨ ਵਾਲੇ ਬੱਚੇ ਆ ਗਏ ਬਈ। ਮੈਥ, ਇਕਨੋਮਿਕਸ, ਇਲੈਕਟਿਵ, ਇੰਗਲਿਸ਼। ਅੱਛਾ ਜੀ, ਅੱਛਾ ਜੀ, ਅੱਛਾ ਜੀ। ਕਿੰਨੇ ਪਰਸੈਂਟ ਨੰਬਰ ਹੀ ਗਿਆ 11ਵੀਂ ਚ? 77%। ਠੀਕ ਹੈ ਠੀਕ ਹੈ ਠੀਕ ਹੈ। ਤੁਹਾਡੇ ਸੇਮ ਸਬਜੈਕਟ ਵੀ ਸੇਮ, ਨੰਬਰ ਵੀ ਸੇਮ? ਅੱਛਾ, ਨਕਲ ਮਾਰੀ ਸੀ ਵੈਸੇ ਵੈਸੇ। ਹਾਂਜੀ, ਤੁਹਾਡੇ? ਮੇਰੇ ਪੋਲ ਸਾਇੰਸ, ਹਿਸਟਰੀ ਤੇ ਇਲੈਕਟਿਵ, ਇੰਗਲਿਸ਼। ਅੱਛਾ ਜੀ, ਹਾਂਜੀ। ਕਿੰਨੇ ਕੁ ਨੰਬਰ? 76%। ਅੱਛਾ ਅੱਛਾ, ਇਕੱਠਾ ਹੀ ਕੰਮ ਤੁਹਾਡਾ? ਇਕੱਠੇ ਪੜ੍ਹਦੇ ਤੁਸੀਂ? ਹਾਂਜੀ। ਓਕੇ ਓਕੇ। ਕੀ ਸ਼ੌਂਕ ਤੁਹਾਡਾ? ਡਾਂਸ। ਤੁਹਾਡਾ ਵੀ ਡਾਂਸ? ਓਕੇ ਓਕੇ। ਫਿਰ ਤਾਂ ਤੁਹਾਨੂੰ ਇਕੱਲੇ ਨੂੰ ਪੁੱਛਣਾ ਹਨਾ, ਇਹਨਾਂ ਨੇ ਮਗਰ ਉਹੀ ਕਹਿਣਾ ਵੀ ਹਾਂਜੀ ਹਾਂਜੀ ਹਾਂਜੀ, ਡਾਂਸ ਬਣੇ ਹੀ ਡਾਂਸ ਕਰਕੇ ਆ। ਹਾਂਜੀ ਹਾਂਜੀ ਹਾਂਜੀ, ਚਲੋ ਡਾਂਸ ਕਰਨਾ ਜੀ। ਓਕੇ ਓਕੇ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਂ ਹੈ ਤੁਹਾਡਾ? ਪ੍ਰਦੀਪ ਕੌਰ। ਤੁਸੀਂ ਕਿੱਥੋਂ ਜੀ? ਸਿੱਧਮਾ ਤੋਂ। ਸਿੱਧਮਾ ਤੋਂ, ਬਹੁਤ ਵਧੀਆ। ਕੀ ਸ਼ੌਂਕ ਨੇ ਤੁਹਾਡੇ? ਜੀ ਮੇਰਾ ਡਾਂਸਿੰਗ, ਸੌਂਗ ਸੁਣਨਾ। ਅੱਛਾ, ਪੜ੍ਹਾਈ ਕਰਨਾ। ਕਿਹੜੀ ਕਲਾਸ 'ਚੋਂ ਜੀ? +2। +2 'ਚੋਂ, ਚਲੋ ਗੋਡ ਬਲੈਸ ਯੂ। ਵਧੀਆ ਵਧੀਆ ਪੜ੍ਹੋ, ਵਧੀਆ ਵਧੀਆ ਨੰਬਰ ਆਉਣ। ਕੀ ਪੇਸ਼ ਕਰੋਗੇ ਜੀ? ਸਰ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ। ਮੈਂ ਤੁਹਾਡਾ ਸਾਰਿਆਂ ਦਾ। ਥੈਂਕ ਯੂ ਸੋ ਮਚ, ਤੁਹਾਡੇ ਕਰਕੇ ਸ਼ੋਅ ਚੱਲਦਾ। ਥੈਂਕ ਯੂ ਸੋ ਮਚ ਸਰ, ਤੁਹਾਡੇ ਲਈ ਮੈਂ ਗਿਫਟ ਲੈ ਕੇ ਆਈ ਹਾਂ। ਵਾਹਿਗੁਰੂ, ਤੁਹਾਨੂੰ ਬਹੁਤ ਪਰਮਾਤਮਾ ਦੇਵੇ। ਥੈਂਕ ਯੂ ਸੋ ਮਚ, ਕਿਆ ਬਾਤ ਹੈ, ਕਿਆ ਬਾਤ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਗੋਡ ਬਲੈਸ ਯੂ, ਗੋਡ ਬਲੈਸ ਯੂ, ਗੋਡ ਬਲੈਸ ਯੂ, ਗੋਡ ਬਲੈਸ ਯੂ, ਗੋਡ ਬਲੈਸ ਯੂ। ਬਹੁਤ ਬਹੁਤ ਬਹੁਤ, ਇਕੱਲਾ ਇਕੱਲਾ ਵੇਖੋ ਤੁਸੀਂ, ਤਾਰਾ ਲਾਇਆ ਇਹਨੂੰ। ਨਹੀਂ 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 ਨਹੀਂ, ਮੈਂ ਤੁਹਾਡਾ ਭਰਾ, ਤੁਹਾਡਾ ਦੋਸਤ, ਤੁਹਾਡਾ ਸਾਰਿਆਂ ਦਾ, ਸਟਾਰ ਸੂਰ ਵਾਲੀ ਗੱਲ ਨਹੀਂ ਹੈਗੀ। ਆਹ ਵੇਖੋ ਤੁਸੀਂ, ਇਕੱਲਾ ਇਕੱਲਾ ਟਾਈਮ ਲਾਇਆ ਨਾ, ਇੱਥੇ ਟਾਈਮ ਬਹੁਤ ਲੱਗਦਾ। ਥੈਂਕ ਯੂ ਸੋ ਮਚ। ਇਕੱਲੀ ਇਕੱਲੀ ਚੀਜ਼ ਲਈ, ਇਕੱਲੀ ਇਕੱਲੀ ਫੋਟੋ ਕਢਾ ਕੇ, ਫਿਰ ਲਿਖਣਾ, ਫਿਰ ਵੱਖੋ ਵੱਖੋ ਪੈੱਨ, ਤੁਸੀਂ ਬਹੁਤ ਟਾਈਮ ਲਾਇਆ। ਥੈਂਕ ਯੂ ਸੋ ਮਚ, ਵੈਲਕਮ ਸਰ, ਗੋਡ ਬਲੈਸ ਯੂ, ਪਰਮਾਤਮਾ ਤੁਹਾਨੂੰ ਬਹੁਤ ਤਰੱਕੀ ਦੇਵੇ। ਤੁਹਾਨੂੰ ਮੈਂ ਕੁਝ ਪੁੱਛਣਾ ਚਾਹੁੰਦੀ ਹਾਂ। ਪੁੱਛੋ 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 ਸਰ, ਚਾਬੀ ਨੂੰ ਇੰਗਲਿਸ਼ 'ਚ ਕੀ ਕਹਿੰਦੇ ਨੇ? ਚਾਬੀ ਨੂੰ, ਹਾਂਜੀ, ਅੰਗਰੇਜ਼ੀ 'ਚ ਕੀ ਕੀ ਉਹ ਜੇ ਪੁੱਛੇ, ਚਾਬੀ ਨੂੰ ਕੀ ਕਹਿੰਦੇ ਨੇ? ਕੀਸ, ਚਾਬੀਆਂ, ਕੀਸ। ਓਕੇ, ਤੇ ਮੈਨੂੰ ਨਹੀਂ ਪਤਾ ਨਹੀਂ ਇੰਗਲਿਸ਼ ਕੀ ਆ। ਮੈਨੂੰ ਨਹੀਂ ਪਤਾ, ਫਿਰ ਨਹੀਂ ਪਤਾ ਤਾਂ ਫਿਰ ਮੈਂ ਕਰਾਂ? ਤੁਸੀਂ ਕਿਹਾ ਮੈਨੂੰ ਨਹੀਂ ਪਤਾ। ਮੈਂ ਤੁਹਾਨੂੰ ਪੁੱਛਿਆ, ਮੈਨੂੰ ਨਹੀਂ ਪਤਾ ਨਹੀਂ ਇੰਗਲਿਸ਼ ਕੀ ਆ। ਤੁਹਾਨੂੰ ਨਹੀਂ ਨਾ ਪਤਾ, ਤੁਸੀਂ ਦੱਸੋ ਇੰਗਲਿਸ਼ ਕੀ ਆ ਦੀ? ਤੇ ਤੈਨੂੰ ਨਹੀਂ ਨਾ ਪਤਾ? ਪਤਾ ਆ, ਤੂੰ ਦੱਸ ਤਾ ਫਿਰ। ਨਹੀਂ ਪਤਾ ਨਾ ਫਿਰ ਜਾਓ। ਨਹੀਂ, ਮੈਂ ਤੁਹਾਨੂੰ ਪੁੱਛਦੀ ਸੀ ਇੰਗਲਿਸ਼ ਦੱਸੋ। ਕਿੱਦੂ ਕੀ ਕਰਦਣੀ ਅੱਗੇ, ਇੱਕ ਪਹਿਲਾਂ ਕੀਤੀ ਹੈ। ਆਈ ਡੋਂਟ ਨੋ। ਉਹ ਤਾਂ ਮੈਨੂੰ ਪਤਾ, ਤੂੰ ਦੱਸੋ ਇੰਗਲਿਸ਼ ਕੀ ਕਹਿੰਦੇ ਆ? ਆਈ ਡੋਂਟ ਨੋ ਕਹਿੰਦੇ ਆ। ਅੱਛਾ ਜੀ, ਓਕੇ ਸਰ। ਸਰ ਮੈਂ ਤੁਹਾਨੂੰ ਕਹਿਣਾ ਚਾਹੁੰਦੀ, ਤੁਸੀਂ ਇੱਕ ਨੂੰ, ਹਾਂਜੀ, 5 ਵਜੇ ਰਿਪੀਟ ਕਰਨਾ ਆ ਲਾਈਨ ਨੂੰ। ਅੱਛਾ, ਬੜਾ ਔਖਾ ਕੰਮ ਹੈ। ਹਾਂਜੀ, ਖੜਕ ਸਿੰਘ ਕੇ ਖੜਕਨੇ ਸੇ ਖੜਕਤੀਆਂ ਖਿੜਕੀਆਂ। ਕਿਸ ਕੇ ਖੜਕਨੇ ਸੇ? ਖੜਕ ਸਿੰਘ ਕੇ। ਕੌਣ ਹੈ? ਹੈਗਾ ਕੋਈ ਤੁਹਾਨੂੰ ਪੁੱਛੋ, ਤੁਸੀਂ ਦੱਸਣਾ ਲਾਈਨ ਆ। ਖੜਕ ਸਿੰਘ ਕੇ ਖੜਕਨੇ ਸੇ ਖੜਕਤੀਆਂ ਖਿੜਕੀਆਂ, ਖਿੜਕੀਓ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ। ਅੱਛਾ, ਨੋ ਸਟਾਪ ਬੋਲਣਾ। ਵਧੀਆ ਕਾਲਜ, ਤੁਹਾਡਾ ਮਾਹੌਲ ਵਧੀਆ ਇੱਥੇ। ਨੋ ਸਰ, ਦੱਸੋ। ਕਾਫੀ ਕਾਫੀ ਵਧੀਆ, ਬੱਚੇ ਵੀ ਬਹੁਤ ਵਧੀਆ ਨੇ। ਮੈਡਮ ਕਹਿੰਦੇ ਇਹ ਨਾ, ਪ੍ਰਿੰਸੀਪਲ ਮੈਡਮ ਕਹਿੰਦੇ ਬੱਚੇ ਬੜੇ ਨਾ ਸਾਊ ਜਿਹੇ ਨੇ, ਕੋਈ ਗੱਲ ਹੀ ਨਹੀਂ ਕਰਦੇ। ਗੱਲ ਨਾ ਚੇਂਜ ਕਰ, ਤੂੰ ਦੱਸੋ ਬਸ। ਕਰਦਾ ਕਹਿੰਦਾ ਕਹਿੰਦਾ ਹੋਰ ਹੋਰ ਹੋ ਦੇਖੀ, ਹੋਰ ਕਰੀ ਜਾਂਦੀ ਹੈ ਹੋਰ ਦੇਖੀ। ਯਾਰ ਮੈਂ ਸੁਣਾਉਂਗਾ ਸੱਚੀ, ਚਲੋ ਉਹਦੇ ਕਰਦੀ ਕਿਉਂ, ਮੈਂ ਸੁਣਾਉਂਗਾ ਸੱਚੀ, 5 ਵਾਰੀ ਸੁਣਾਉਣਾ, ਪਹਿਲਾਂ ਇੱਕ ਵਾਰੀ ਉਹ ਪੇੜ ਵਾਲ ਦੇਖ ਕਰਦੀ ਸੀਗੀ ਕੀ ਬਈ, ਇੱਥੇ ਪਾਤੇ ਮੈਂ ਰੋਜ਼ ਦੇਖਦੀ, ਸਾਰੇ ਗਰੀ ਨਹੀਂ ਦਰਿਆ ਲੋ ਦੇ। ਓ ਨਹੀਂ ਨਹੀਂ, ਮੈਨੂੰ ਮੇਰੀ ਜਾਣ ਪਛਾਣ ਦੀ ਉਧਰ ਕੋਈ ਨਹੀਂ ਹੈਗੀ। ਉਹਦੇ ਕੀ ਗਰੀ ਜਾਂਦੀ ਦੇਖੀ? ਨਹੀਂ, ਮੇਰੇ ਨਾਲ ਸਾਰੀ ਇੱਧਰ ਖੜੀਆਂ ਜੋ ਸਰ। ਉਹਦੇ ਕੀ ਗਰੀ ਜਾਂਦੀ ਆ, ਕੀ ਕਹਿੰਦੀ ਕੀ ਗਈ? ਖੜਕ ਸਿੰਘ ਕੇ ਖੜਕਨੇ ਸੇ ਖੜਕਤੀਆਂ ਖਿੜਕੀਆਂ, ਖਿੜਕੀਆਂ ਕੇ ਖੜਕਨੇ ਸੇ ਖੜਕਦਾ ਖੜਕ ਸਿੰਘ। ਸੁਣਾਉਣਾ ਹੁਣ, ਖੜਕਦੀਆਂ ਤਾੜੀ ਮਾਰੀ ਹੈ ਖਿੜਕੀਆਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ। ਉਹ ਦੇਖਦੀ ਵੀ ਪਾਗਲ ਹੋ ਗਿਆ ਹੈ, ਹਾਏ ਬੱਚੇ ਕੀ ਕਰੀਏ ਕੰਮ ਇਹਦਾ। ਖੜਕ ਸਿੰਘ ਕੇ ਖੜਕਨੇ ਸੇ ਖੜਕਦੀਆਂ ਖਿੜਕੀਆਂ, ਖਿੜਕੀਆਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ। ਠੀਕ ਹੈ ਮਹਾਰਾਜ, ਮਹਾਰਾਜ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਗੋਡ ਬਲੈਸ ਯੂ, ਗੋਡ ਬਲੈਸ ਯੂ। ਜ਼ਰੂਰ ਦੇਖੀ ਐਪੀਸੋਡ ਟੀਵੀ 'ਤੇ, ਜ਼ਰੂਰ ਦੇਖੀ, ਜਦੋਂ ਤੂੰ ਉੱਧਰ ਦੇਖਦੀ ਨਾ ਉਦੋਂ ਜ਼ਰੂਰ ਦੇਖੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਦੋ ਵਾਰੀ ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਹਰਜੋਤ ਕੌਰ। ਹਰਜੋਤ, ਤੁਹਾਡਾ ਜੀ? ਰਮਨਦੀਪ। ਰਮਨ, ਤੁਹਾਡਾ ਜੀ? ਚਰਨਪ੍ਰੀਤ। ਚਰਨਪ੍ਰੀਤ, ਬਹੁਤ ਸੋਹਣੇ ਸੂਟ ਤੁਹਾਡੇ, ਥੈਂਕ ਯੂ ਜੀ, ਤੁਹਾਨੂੰ ਤੰਦਰੁਸਤ ਰੱਖੇ, ਖੁਸ਼ ਰੱਖੇ, ਹੁਣ ਸੋਹਣੇ ਸੂਟ ਪਾਉਂਦੇ ਰਹੋ। ਕੀ ਪਰਫਾਰਮ ਕਰੋਗੇ ਜੀ? ਜੀ ਭੰਗੜਾ ਹੈ। ਭੰਗੜਾ ਜੀ,
ਹਾਂਜੀ ਹਾਂਜੀ ਕਰ ਰਹੇ ਹਾਂ ਜੋ ਆਏ ਨੂਰਮਹਿਲ ਦੀਆਂ ਬੱਚੀਆਂ ਨੇ ਇਦਾਂ ਹੀ ਐਂਟਰਟੇਨਮੈਂਟ ਚੱਲਦਾ ਰਹੂਗਾ ਹੁਣ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ ਕਿਤੇ ਨਹੀਂ ਜਾਣਾ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਸ਼ਹਿਰ ਹੈਗਾ ਜੀ ਨੂਰਮਹਿਲ ਸੋ ਅਗਲੇ ਬੱਚੇ ਨੂੰ ਬੁਲਾਉਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰਿਆਂ ਤੋਂ ਸਵਾਲ ਜਿਹਾ ਪੁੱਛਦੇ ਆ ਤੁਸੀਂ ਪੁੱਛੋ ਜੀ ਅੱਜ ਮੈਂ ਤੁਹਾਡੇ ਤੋਂ ਪੁੱਛਦੀ ਹਾਂ ਨਾਂ ਕੀ ਤੁਹਾਡਾ ਪ੍ਰਿਯੰਕਾ ਪ੍ਰਿਯੰਕਾ ਹਾਂਜੀ ਹਾਂਜੀ ਮੇਰੀ ਗੱਲ ਸੁਣੋ 35 ਅੱਖਰੀ ਸੁਣਾ ਲਓ ਤੁਸੀਂ ਮੈਨੂੰ ਹਾਂਜੀ ਕਾਲੀ ਕਾਲੀ 35 ਅੱਖਰੀ ਬੋਲਣਾ ਨਾ ਨਾ ਤੁਸੀਂ ਬੋਲੋ ਤੁਸੀਂ ਤੁਸੀਂ ਸੁਣਾ ਦੋ ਆਉਂਦਾ ਹੀ ਨਹੀਂ ਆਉਂਦਾ ਹੀ ਨਹੀਂ ਰਵਨੀਤ ਨੂੰ ਉਡਾਰਾ ਨਹੀਂ ਆਉਂਦਾ ਅੱਛਾ ਸੁਣੋ ਫਿਰ ਉਡਾ ਹਾਂਜੀ ਆੜਾ ਕਿਹੜਾ ਕਿਹੜਾ ਉਡਾ ਆੜਾ ਹਾਂਜੀ ਉਡਾ ਆੜਾ ਆਈ ਡੀ ਸਸਾ ਕਿਉਂ ਉਡਾ ਆੜਾ ਆਈ ਡੀ ਸਸਾ ਨਾ 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 ਕੱਕਾ ਕੱਕਾ ਗੱਗਾ ਗੱਗਾ ਹਾਂਜੀ ਅੱਗੇ ਦੱਸੋ ਅੱਗੇ ਯਾਰ ਤੁਹਾਨੂੰ ਕੁਝ ਵੀ ਨਹੀਂ ਆਉਂਦਾ ਯਾਰ ਆਹੀ ਰਵਨੀਤ ਨੇ ਆਹੀ ਨਾ ਯਾਰ ਤੁਹਾਨੂੰ ਆਉਂਦਾ ਹੀ ਕੁਝ ਨਹੀਂ ਰਵਨੀਤ ਨੇ ਆਹੀ ਦੋ ਤਿੰਨ ਅੱਖਰ ਯਾਦ ਕੀਤੇ ਬਸ ਅਗਲੇ ਹੀ ਆਹੀ ਪੁੱਛਣਾ ਆ ਚੱਚਾ ਛੱਛਾ ਅਗਲੀ ਅਗਲੀ ਲੈਣ ਸੁਣ ਲਓ ਹਾਂ ਸੁਣ ਲਓ ਨਹੀਂ ਕੱਕਾ ਕੱਕਾ ਗੱਗਾ ਕੱਕਾ ਅੱਗੇ ਅੱਗੇ ਤੁਸੀਂ ਦੱਸੋ ਮੈਨੂੰ ਤਾਂ ਨਹੀਂ ਆਉਂਦਾ ਮੈਂ ਤਾਂ ਨਹੀਂ ਤਾਂ ਤੁਹਾਡੇ ਤੋਂ ਪੁੱਛਿਆ ਮੈਨੂੰ ਆਪ ਨਹੀਂ ਆਉਂਦਾ ਚਲੋ ਮੰਨ ਲਿਆ ਮੈਨੂੰ ਤਾਂ ਨਹੀਂ ਆਉਂਦਾ ਹੈਗਾ ਚਲੋ ਮੈਂ ਵੀ ਮੰਨ ਲਿਆ ਮੈਨੂੰ ਵੀ ਨਹੀਂ ਆਉਂਦਾ ਲਓ ਜੀ ਰਵਨੀਤ ਨੂੰ ਉਡਾੜਾ ਨਹੀਂ ਆਉਂਦਾ ਨਹੀਂ ਆਉਂਦਾ ਸਾਰਿਆਂ ਤੋਂ ਪੁੱਛਦਾ ਤੁਹਾਡੇ ਪਰਿਵਾਰ ਵਿੱਚ ਕਿਹਨਾਂ ਸਾਰੇ ਮਿਲ ਜਾਂਦੇ ਪਹਿਲਾਂ ਸੁਣਾ ਉਡਾੜਾ ਸੁਣਾ ਪਹਿਲਾਂ ਮੈਨੂੰ ਆਉਂਦਾ ਹੀ ਨਹੀਂ ਨਾ ਨਾ ਪਰਿਵਾਰ ਨਾਲ ਹੀ ਨਹੀਂ ਗੱਲ ਮੈਨੂੰ ਤਾਂ ਮੈਨੂੰ ਆਉਂਦਾ ਤਾਂ ਨਹੀਂ ਤੁਹਾਡੇ ਤੋਂ ਪੁੱਛਿਆ ਕਿ ਮੈਨੂੰ ਆਉਂਦਾ ਮੈਨੂੰ ਵੀ ਨਹੀਂ ਆਉਂਦਾ ਮੈਨੂੰ ਆਉਂਦਾ ਮੈਂ ਕਹਿ ਰਿਹਾ ਤੁਸੀਂ ਚੱਚਾ ਚੱਚਾ ਜੱਜਾ ਜੱਜਾ ਹਾਂਜੀ ਕੀ ਹੁੰਦਾ ਵੀ ਅੱਗੇ ਆਉਂਦਾ ਨਹੀਂ ਰਵਨੀਤ ਨੂੰ ਨਾ ਨਾ ਆਈਆਂ 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 ਆਏ ਹੁੰਦਾ ਟੈਂਕਾ ਠੱਠਾ ਡੱਡਾ ਢੱਡਾ ਨੰਨਾ ਠੀਕ ਹੈ ਜੀ ਨਾ 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 ਹੁਣ ਅੱਗੇ ਹਾਂਜੀ ਅੱਗੇ ਸੁਣਾਓ ਤੂੰ ਵੀ ਸੁਣਾ ਕੁਛ ਹੁਣ ਮੈਂ ਤਿੰਨ ਲੈਣਾ ਤਾਂ ਬੋਲ ਗਿਆ ਹੁਣ ਮੈਨੂੰ ਆਉਂਦਾ ਨਹੀਂ ਤਾਂ ਤੁਹਾਡੇ ਤੋਂ ਆਈਆਂ ਕੁੜੀਆਂ ਕਹਿੰਦੀ ਪੁੱਛੋ ਜਾ ਕੇ ਤੱਤਾ ਠੱਠਾ ਦੱਦਾ ਤਨ ਤੱਦਾ ਨੰਨਾ ਯਾਰ ਤੱਤਾ ਠੱਠਾ ਦੱਦਾ ਤੱਦਾ ਨੰਨਾ ਬੋਲੀ ਤਾਂ ਜਾਣਾ ਠੀਕ ਹੈ ਜੀ ਚਾਰ ਲੈਣਾ ਹੋ ਗਈਆਂ ਤੁਸੀਂ ਨੇ ਕਿਸਨਾ ਕਿਸੇ ਨੇ ਤੇ ਤੂੰ ਦੱਸ ਫਿਰ ਤੁਸੀਂ ਦੱਸੋ ਯਾਰ ਨਾ ਉਹਨਾਂ ਨੂੰ ਬੋਲਣ ਦਿੰਦੀ ਹੈ ਨਾ ਬੋਲਦੀ ਹੈ ਤੁਸੀਂ ਦੱਸੋ ਤੁਸੀਂ ਬੋਲੋ ਪੱਪਾ ਫੱਫਾ ਪੱਬਾ ਪੱਬਾ ਮੰਮਾ ਠੀਕ ਹੈ ਬੋਲਣ ਡਿਆ ਕਿ ਨਹੀਂ ਮੈਂ ਪੂਰਾ ਤੂੰ ਕੀ ਬੋਲੀ ਆ ਮੈਂ ਕੁਛ ਵੀ ਨਹੀਂ ਮੈਂ ਤਾਂ ਤੁਹਾਡੇ ਤੋਂ ਪੁੱਛਿਆ ਆ ਗਏ 35 ਕੀ ਸੁਣਾਓ ਅੱਛਾ ਇੱਕ ਲੈਣ ਰਹਿ ਗਈ ਹੈ ਇੱਕ ਲੈਣ ਰਹਿ ਗਈ ਯਈਆ ਯਈਆ ਰਾਰਾ ਲੱਲਾ ਵਾਵਾ ਰਾੜਾ ਰਾੜਾ ਲੈ ਹੁਣ ਥੈਂਕ ਯੂ ਹੁਣ ਇੱਕ ਲੈਣ ਮੇਰੇ ਰਵਨੀਤ ਨੂੰ ਉਡਾੜਾ ਰਵਨੀਤ ਨੂੰ ਉਡਾੜਾ ਆਂਦਾ ਇਹ ਪਹਿਲਾਂ ਕਹੀ ਕਿ ਨਹੀਂ ਆਂਦਾ ਆ ਫੇਰ ਕਹਿੰਦੀ ਆਂਦਾ ਆ ਇਹ ਬਸ ਇਹੀ ਕਰਨਾ ਜੀ ਰਵਨੀਤ ਨੇ ਵਿਚਾਰਿਆ ਤੋਂ ਕੁੜੀਆਂ ਤੋਂ ਪੁੱਛਿਆ ਉਹਨਾਂ ਨੂੰ ਦੱਸ ਦੋ ਯਾਰ ਮੋਰੇ ਕੁੜੀਆਂ ਦੱਸਣ ਨਹੀਂ ਆਹੀ ਆਂਦਾ ਆਹੀ ਆਂਦਾ ਬਰਾਬਰ ਬੋਲਿਆ ਕਿ ਨਹੀਂ ਬਰਾਬਰ ਬੋਲਿਆ ਇਹ ਮੇਰੀ ਭੈਣ ਵੇਖੀ ਬਰਾਬਰ ਬੋਲਿਆਂਗੇ ਨਹੀਂ ਯੈਸ 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 ਲੱਖ ਲਾਂ ਤਾਂ ਤੁਹਾਡੇ ਨਾਲ ਭੰਗੜਾ ਪਾਣਾ ਅੱਛਾ ਘਰੇ ਮਾਰਦੇ ਵਿਚੋਲੇ ਹੁਣ ਗੇੜੇ ਵੇ ਕਦੋਂ ਆਉਣਗੇ ਸੁਨੇਹ ਜੱਟਾ ਤੇਰੇ ਉਹ ਘਰੇ ਮਾਰਦੇ ਵਿਚੋਲੇ ਹੁਣ ਗੇੜੇ ਵੇ ਕਦੋਂ ਆਉਣਗੇ ਸੁਨੇਹ ਜੱਟਾ ਤੇਰੇ ਫਿਰ ਪੁੱਛਣਾ ਤੂੰ ਕਿੱਥੇ ਮੇਰੀ ਲਾਡੋ ਤੇ ਮੈਂ ਕਹਿਣਾ ਚੋਰ ਲੈ ਗਿਆ ਲੱਖ ਲਾਣ ਤਾਂ ਵੀ ਜੱਟਾ ਤੇਰੇ ਪਿਆਰ ਤੇ ਵਿਆਹ ਕੇ ਜੀ ਕੋਈ ਹੋਰ ਲੈ ਗਿਆ ਨਾਣ ਤਾਂ ਹਰਾਵੇ ਤੇਰੇ ਪਿਆਰ ਤੇ ਵਿਆਹ ਕੇ ਜੀ ਕੋਈ ਹੋਰ ਲੈ ਗਿਆ ਕਿਆ ਬਾਤ ਕਿਆ ਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਤੇ ਮੈਂ ਸੋਚਿਆ ਹੋਰ ਮੈਂ ਕਿਹਾ ਬਹੁਤ ਵਧੀਆ ਬਹੁਤ ਇਹ ਵਧੀਆ ਤੁਹਾਡਾ ਜੂਆ ਨੂੰ ਰਾਹ ਦਿੱਤਾ ਅੱਛਾ ਨਹੀਂ ਵੈਸੇ ਨਹੀਂ ਮੈਂ ਕਿਹਾ ਰਾਹ ਬਣਿਆ ਨਾ ਜਿਵੇਂ ਹੁਣ ਪੰਜਾਬ ਦੀਆਂ ਸੜਕਾਂ ਵਧੀਆ ਹੋ ਗਈਆਂ ਇਹ ਵੀ ਰਾਹ ਵਧੀਆ ਦਿਖਾਓ ਸਹੀ ਰਾਹ ਐਂ ਕਰਿਓ ਇੱਕ ਮਿੰਟ ਰਾਹ ਤੇ ਵਿਖਾਓ ਉਹ ਬੜਾ ਵਧੀਆ ਲੱਗਣ ਡਿਆ ਸੋਹਣੇ ਲੱਗਣ ਡਿਆ ਨਹੀਂ ਜੂਆ ਤੇ ਨਹੀਂ ਹੋਵੇ ਹੋਵੇ ਬਹੁਤ ਵਧੀਆ ਬਹੁਤ ਵਧੀਆ ਗੋਡ ਬਲੈਸ ਯੂ ਕੀ ਨਾਮ ਤੁਹਾਡਾ ਵਿਸ਼ਾਲੀ ਵਿਸ਼ਾਲੀ ਜੀ ਤੁਹਾਡਾ ਜੀ ਸਿਮਰਨ ਸਿਮਰਨ ਜੀ ਤੁਹਾਡਾ ਜੀ ਸਾਕਸ਼ੀ ਸਾਕਸ਼ੀ ਜੀ
ਸਿਮਰਨ ਸਿਮਰਨ ਜੀ ਸਿਮਰਨ ਸਾਖੀ ਸਿਮਰਨ ਤੇ ਵਿਸ਼ਾਲੀ ਓਕੇ ਓਕੇ ਬਹੁਤ ਵਧੀਆ ਕੀ ਪੇਸ਼ ਕਰੋਗੇ ਸਰ ਗਿਫਟ ਆ ਥੈਂਕ ਯੂ ਸੋ ਮਚ ਜੀ ਰਵਨੀਤ ਸਿੰਘ ਵਿਸ਼ਿੰਗ ਯੂ ਅ ਲਾਈਫ ਟਾਈਮ ਥੈਂਕ ਯੂ ਸੋ ਮਚ ਸਿਰ ਮੱਥੇ ਸਰ ਅਸੀਂ ਤਾਂ ਤੋਂ ਪੁੱਛਣਾ ਆ ਤੁਸੀਂ ਹਰ ਇੱਕ ਨੂੰ ਪੁੱਛਦੇ ਆ ਤੁਹਾਡੀ ਫੈਮਿਲੀ ਬਾਰੇ ਹਾਂਜੀ ਤੁਹਾਡੀ ਫੈਮਿਲੀ ਚ ਕਿੰਨੇ ਮੈਂਬਰ ਆ ਨਾ ਅਸੀਂ ਤੁਹਾਨੂੰ ਪੁੱਛਣਾ ਤੁਹਾਡੀ ਫੈਮਿਲੀ ਕਿੱਥੇ ਬਿਲੋਂਗ ਰਹਿੰਦੇ ਆ ਤੁਸੀਂ ਨਾ ਮੈਂ ਨਹੀਂ ਰਹਿੰਦਾ ਸਰ ਰਹਿੰਦੇ ਹੀ ਹੋਗੇ ਚਿੜੀਆ ਘਰ ਤੇ ਛੱਡਿਆ ਹੋਇਆ ਘਰ ਦੇ ਨੇ ਅਰੇ ਉਹ ਰਹਿੰਦੇ ਹੀ ਹੋਗਾ ਤੁਹਾਨੂੰ ਪੁੱਛਦੀ ਵੀ ਰਹਿੰਦੇ ਹੋ ਤੁਸੀਂ ਮੰਮਾ ਪਾਪਾ ਦਾ ਨਾਮ ਕਿੰਨੇ ਬ੍ਰਦਰ ਸਿਸਟਰ ਆ ਸਾਰੇ ਦੱਸੋ ਅੱਛਾ ਜੀ ਮੰਮੀ ਡੈਡੀ ਜੀ ਲਾਉਣ ਤਾਂ ਲੱਗਾ ਕਿਆ ਇੱਦਾਂ ਨਹੀਂ ਨਾਲ ਜੀ ਮੰਮਾ ਪਾਪਾ ਜੀ ਮੰਮੀ ਡੈਡੀ ਜੀ ਹਾਂਜੀ ਇਦਾਂ ਨਹੀਂ ਵਧੀਆ ਲੱਗਦਾ ਮੰਮੀ ਡੈਡੀ ਜੀ ਅੱਛਾ ਚਲੋ ਮੰਮੀ ਜੀ ਡੈਡੀ ਜੀ ਨਿੱਕਾ ਭਰਾ ਜੀ ਠੀਕ ਹੈ ਜੀ ਸਰ ਸੌਂਗ ਸੁਣਾਉਣਾ ਹੈ ਤੁਸੀਂ ਸੁਣਾਉਣਾ ਹੈ ਸੁਣਾਓ ਜੀ ਸੁਣਾਓ ਵਾਹ 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 ਦਿਲ ਦੀਆਂ ਦਿਲ ਵਿੱਚ ਸਭੇ ਦੱਬ ਲੈਨੇ ਆ ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿਨੇ ਆ ਦਿਲ ਦੀਆਂ ਦਿਲ ਵਿੱਚ ਸਭੇ ਦੱਬ ਲੈਨੇ ਆ ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿਨੇ ਆ ਨੈਣਾ ਨੂੰ ਲੋੜ ਤੇਰੀ ਦੀਦ ਦੀ ਦੂਰ ਵੀ ਰਹਿਣਾ ਨਹੀਂ ਆਉਂਦਾ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰੇ ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ ਕੀ ਨਾਂ ਤੁਹਾਡਾ ਮੇਰਾ ਨਾਮ ਭਾਈ ਆਕਾਸ਼ਦੀਪ ਸਿੰਘ ਆਕਾਸ਼ਦੀਪ ਸਿੰਘ ਹਾਂਜੀ ਕਿੱਥੋਂ ਵੀਰ ਪਿੰਡ ਤੋਂ ਜੀ ਵੀਰ ਪਿੰਡ ਹਾਂਜੀ ਇੱਧਰ ਸੱਟ ਲੱਗ ਗਈ ਕਿੱਦਾਂ ਉਹ ਜੀ ਲੱਗ ਗਈ ਚਲੋ ਠੀਕ ਹੈ ਠੀਕ ਹੈ ਠੀਕ ਕੋਈ ਨਹੀਂ ਲੱਗ ਗਈ ਸੱਟਾਂ ਸੁੱਟਾਂ ਲੱਗਦੀਆਂ ਰਹਿੰਦੀਆਂ ਉਹ ਇਲਤਾਂ ਕਰਦੇ ਲੱਗ ਗਈ ਅੱਛਾ ਅੱਛਾ ਇਲਤਾਂ 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 ਉਮਰ ਹੀ ਇੱਦਾਂ ਦੀ ਹੈ ਕੀ ਸ਼ੌਂਕ ਨੇ ਜੀ ਸ਼ੌਂਕ ਤਾਂ ਬਹੁਤ ਹੈ ਜੀ ਸੁਣਾਓ ਫਿਰ ਕੁਛ ਕਿਹੜਾ ਕੋਰਸ ਇੱਥੇ ਇੱਥੇ ਹੀ ਆਪਣੇ ਪਲੱਸ ਟੂ ਕਰਦਾ ਜੀ ਮੈਂ ਪੀ.ਟੀ.ਐਮ ਆਰੀਆ ਕਾਲਜ ਓਕੇ ਓਕੇ ਹਾਂਜੀ ਵਧੀਆ 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 ਗਾਂ ਕੀ ਸੁਪਨਾ ਕੀ ਹੈ ਸੁਪਨਾ ਹੀ ਸਿੰਗਰ ਬਣਨਾ ਜੀ ਬਹੁਤ ਵਧੀਆ ਚੱਕ ਦੋ ਕੰਮ ਸੁਣਾਓ ਫਿਰ ਕੁਛ ਆਪਣਾ ਲਿਖਿਆ ਇੱਕ ਸੁਣਾਓ ਜੀ ਆਉਣ ਦੋ ਹਾਂ ਡਰਿਆ ਨਾ ਕਰ ਰੱਖ ਜਿਹੜਾ ਬੱਲੀਏ ਨੀ ਤੇਰੇ ਮੇਰੇ ਵਿੱਚ ਆਜੂ ਕਿਹੜਾ ਬੱਲੀਏ ਓ ਡਰਿਆ ਨਾ ਕਰ ਰੱਖ ਜਿਹੜਾ ਬੱਲੀਏ ਨੀ ਤੇਰੇ ਮੇਰੇ ਵਿੱਚ ਆਜੂ ਕਿਹੜਾ ਬੱਲੀਏ ਜੇ ਤੂੰ ਮੰਗਦੀ ਸਬੂਤ ਪਿਆਰ ਦਾ ਇੱਕੋ ਝਟਕੇ ਦੇ ਵਿੱਚ ਸਾਰੇ ਚੱਕ ਦੂੰ ਆ ਤਿੰਨ ਪੰਦਰਾਂ ਦੇ ਰੌਂਦ ਵਰਗਾ ਨੀ ਦੱਸ ਅੱਗੇ ਹੋ ਕੇ ਕਿਹੜਾ ਮੈਨੂੰ ਡੱਕ ਲੂ ਹਾਂ ਤਿੰਨ ਪੰਦਰਾਂ ਦੇ ਰੌਂਦ ਵਰਗਾ ਨੀ ਦੱਸ ਅੱਗੇ ਹੋ ਕੇ ਕਿਹੜਾ ਮੈਨੂੰ ਡੱਕ ਲੂ ਸ਼ੌਂਕ ਆ ਕਬੂਤਰਾਂ ਦਾ ਇੱਕ ਸੋਹਣੀਏ ਨੀ ਅੰਬਰਾਂ ਦੀ ਚੀਰ ਦਿੰਦੇ ਇੱਕ ਸੋਹਣੀਏ ਨਿਊਜ਼ ਪੇਪਰਾਂ 'ਚ ਖਬਰਾਂ ਨੇ ਤਾਜ਼ੀਆਂ ਹੋ ਚੀਨੇ ਜਦੋਂ ਯਾਰ ਦੇ ਲਗਾਉਂਦੇ ਬਾਜ਼ੀਆਂ ਓਏ ਅਸੀਂ ਜੱਦੀ ਸਰਦਾਰ ਵੱਜਦੇ ਆ ਬਾਜ ਵਰਗੇ ਦੀ ਕਿਹੜਾ ਪੈੜ ਨੱਪਲੂ ਹਾਂ ਤਿੰਨ ਪੰਦਰਾਂ ਦੇ ਰੌਂਦ ਵਰਗਾ ਨੀ ਦੱਸ ਅੱਗੇ ਹੋ ਕੇ ਕਿਹੜਾ ਮੈਨੂੰ ਡੱਕ ਲੂ ਬਹੁਤ ਵਧੀਆ ਬਹੁਤ ਵਧੀਆ ਰੌਂਦ ਸਾਹਿਬ ਥੈਂਕ ਯੂ ਸੋ ਮਚ ਬਹੁਤ ਵਧੀਆ ਆਪ ਲਿਖਦੇ ਹੋ ਬਹੁਤ ਵਧੀਆ ਬਹੁਤ ਵਧੀਆ ਗਾਉਂਦੇ ਹੋ ਦਾਦੀ ਜੀ ਨੂੰ ਸਤਿ ਸ੍ਰੀ ਅਕਾਲ ਕਿਹਾ ਮੇਰੇ ਵੱਲੋਂ ਕੀ ਸੁਣਾਓਗੇ ਜੀ ਤੁਹਾਡੇ ਗਾਣੇ ਸੁਣਾਉਂਗੀ ਅੱਛਾ ਜੀ ਸੁਣਾ ਦਿਓ ਜੀ ਮੇਰੇ ਨਾਲ ਕਹਿਣੇ ਗਾਣੇ ਆਓ ਜੀ ਆਓ 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 ਸਰੇ ਮਾਰਦੇ ਬਚੋਲੇ ਹੁਣ ਕਿਹੜੇ ਵੇ ਕਦੋਂ ਹੋਣਗੇ ਸਨੇ ਜੱਟਾ ਤੇਰੇ ਫੇਰ ਪੁੱਛਣਾ ਤੂੰ ਕਿੱਥੇ ਮੇਰੀ ਲਾਡੋ ਤੇ ਮੈਂ ਕਹਿਣਾ ਚੋਰ ਲੈ ਗਿਆ ਉਹ ਲੱਖ ਲਾਣ ਤਾਂ ਵੇ ਜੱਟਾ ਤੇਰੇ ਪਿਆਰ ਦੇ ਵਿਆਹ ਕੇ ਜੇ ਕੋਈ ਹੋਰ ਲੈ ਗਿਆ ਲਾਣ ਦਾ ਹੜਾ ਵੇ ਤੇਰੇ ਪਿਆਰ ਦੇ ਵਿਆਹ ਕੇ ਜੇ ਕੋਈ ਹੋਰ ਲੈ ਗਿਆ ਬੱਚਿਆਂ ਦੇ ਵਿੱਚ ਬਹੁਤ ਵਧੀਆ ਟੈਲੈਂਟ ਛੋਟੀ ਸਿਸਟਰ ਵੱਡੀ ਸਿਸਟਰ ਤਾਊ ਜੀ ਤਾਈ ਜੀ ਦਾਦਾ ਜੀ ਦਾਦੀ ਜੀ ਦਸ ਜਣੇ ਹੋ ਗਏ ਬਹੁਤ ਵਧੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਹਾ ਇੱਕ ਸਿਸਟਰ ਦਾ ਵਿਆਹ ਹੋ ਗਿਆ ਅੱਛਾ ਵਧੀਆ ਗੱਲ ਫਿਰ ਖੁਸ਼ੀ ਖੁਸ਼ੀ ਕਹਿ ਕਿੱਥੇ ਕਿੱਥੇ ਵਿਆਹੇ ਗਏ ਭੈਣ ਜੀ ਦਿੱਲੀ ਦਿੱਲੀ ਵਿਆਹੇ ਹਾਂਜੀ ਫਰੀਦਾਬਾਦ
ਹੁਣੇ ਤਾਂ ਦਿੱਲੀ ਸੀ, ਦਿੱਲੀ ਤੋਂ ਫਰੀਦਾਬਾਦ। ਅੱਛਾ ਅੱਛਾ, ਹਜੇ ਜਾ ਰਹੇ ਨੇ? ਨਹੀਂ ਨਹੀਂ, ਉਹ ਤੋਂ ਅੱਗੇ। ਅੱਛਾ, ਦਿੱਲੀ ਤੋਂ ਅੱਗੇ ਫਰੀਦਾਬਾਦ ਆਉਂਦਾ, ਉੱਥੇ ਵਿਆਹੀ ਗਏ? ਨਹੀਂ, ਉੱਥੋਂ ਅੱਗੇ ਬੱਲਮਗੜ੍ਹ ਆਉਂਦਾ, ਉੱਥੇ ਵਿਆਹੀ। ਯਾਰ ਦਿੱਲੀ ਵਿਆਹੇ ਨੇ, ਫਰੀਦਾਬਾਦ ਵਿਆਹੇ ਨੇ, ਕਿ ਬੱਲਮਗੜ੍ਹ? ਦਿੱਲੀ ਤੋਂ ਅੱਗੇ ਫਰੀਦਾਬਾਦ ਆਉਂਦਾ, ਉੱਥੋਂ ਅੱਗੇ ਬੱਲਮਗੜ੍ਹ। ਪਹਿਲਾਂ ਦਿੱਲੀ ਵਿਆਹੇ ਗਏ, ਫਿਰ ਫਰੀਦਾਬਾਦ ਵਿਆਹੇ ਗਏ? ਨਹੀਂ, ਬੱਲਮਗੜ੍ਹ। ਅੱਛਾ, ਬੱਲਮਗੜ੍ਹ ਵਿਆਹੀ ਗਏ ਹੁਣ? ਹਾਂਜੀ। ਬਸ ਠੀਕ ਹੈ ਜੀ, ਠੀਕ ਹੈ। ਜੀਜਾ ਜੀ ਕੀ ਕਰਦੇ ਨੇ? ਜੀਜਾ ਜੀ ਕੁਛ ਨਹੀਂ ਕਰਦੇ। ਬਹੁਤ ਵਧੀਆ ਸੋਨੂੰ, ਚਲੋ ਜੀ ਜੀਜਾ ਜੀ ਸੋਨੂੰ। ਹਾਂਜੀ, ਨਾ ਹੈਪੀ ਨਾ ਮੋਨੂ, ਸਾਡਾ ਜੀਜਾ ਸੋਨੂੰ। ਤੂੰ ਸੱਜਣਾ ਰੱਬ ਦੇ ਨਾਂ ਵਰਗਾ, ਤੇ ਆਉਂਦੇ ਜਾਂਦੇ ਸਾਂ ਵਰਗਾ, ਤੈਨੂੰ ਪਾਉਣ ਲਈ ਅਸੀਂ ਵੇ ਸੱਜਣਾ, ਤੈਨੂੰ ਪਾਉਣ ਲਈ ਅਸੀਂ ਵੇ ਸੱਜਣਾ, ਕਰ ਕੀ ਨਹੀਂ ਸਕਦੇ ਤੇਰੇ ਬਿਨ ਮਰ ਤਾਂ ਸਕਦੇ ਹਾਂ, ਤੇਰੇ ਬਿਨ ਜੀ ਨਹੀਂ ਸਕਦੇ, ਤੇਰੇ ਬਿਨ ਮਰ ਤਾਂ ਸਕਦੇ ਹਾਂ, ਤੇਰੇ ਬਿਨ ਜੀ ਨਹੀਂ ਸਕਦੇ। ਚਲੋ ਜੀ, ਪੂਰੀਆਂ ਰੌਣਕਾਂ ਲੱਗੀਆਂ ਨੇ ਵੀ ਨੂਰਮਹਿਲ ਦੇ ਵਿੱਚ। ਹੁਣ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ, ਨਾ 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 ਨਾ, ਰਿਮੋਟ ਨੂੰ ਹੱਥ ਨਹੀਂ ਲਾਉਣਾ, ਇੱਦਾਂ ਗਏ ਇੱਦਾਂ ਆਵਾਂਗੇ। ਮਿਲਦੇ ਹਾਂ ਜੀ ਇੱਕ ਛੋਟੇ ਜਿਹੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਤੁਹਾਡੇ ਆਪਣੇ ਫੇਵਰੇਟ ਸ਼ੋਅ ਦਾ, ਨਾਂ ਜੀ ਕੰਟੀਨੀ ਮੰਡੀਰ। ਫਰੈਸ਼ ਐਪੀਸੋਡ ਤੁਸੀਂ ਇੰਜੋਏ ਕਰ ਰਹੇ ਹੋ, ਸ਼ਨੀਵਾਰ ਨੂੰ ਸ਼ਾਮਾਂ ਨੂੰ 4 ਵਜੇ ਤੁਸੀਂ ਰਿਪੀਟ ਟੈਲੀਕਾਸਟ ਦੇਖੋਗੇ। ਜੇ ਨਹੀਂ ਦੇਖਿਆ, ਇਹ ਤਾਂ ਉਸਤਾਦ ਗਲਤੀ ਤੁਹਾਡੀ, ਪਰ ਚਲੋ ਕੋਈ ਨਹੀਂ। ਐਤਵਾਰ ਨੂੰ ਰੋਟੀ ਵਾਲਾ ਟਾਈਮ, ਮਤਲਬ ਕਿ 8 ਵਜੇ ਪਰਿਵਾਰ ਨਾਲ ਬਹਿ ਕੇ ਨਾਲ ਤਾਂ ਰੋਟੀ ਖਾਇਓ, ਨਾਲੇ ਸ਼ੋਅ ਦਾ ਆਨੰਦ ਮਾਣਿਓ, ਅਤੇ ਉਸ ਤੋਂ ਬਾਅਦ ਸਾਡੇ ਆਫਿਸ਼ੀਅਲ ਯੂਟਿਊਬ ਚੈਨਲ ਦੇ ਉੱਤੇ ਸ਼ੋਅ ਅਪਲੋਡ ਹੋ ਜੂਗਾ। ਬੈਲ ਆਈਕਨ ਨੂੰ ਕਲਿੱਕ ਕਰ ਲਿਓ ਅਤੇ ਅਗਲੇ ਸ਼ੋਅਜ਼ ਦੀਆਂ ਤੁਸੀਂ ਜਿਹੜੀਆਂ ਇਨਫੋਰਮੇਸ਼ਨ ਹੋਊਗੀ ਉਹ ਤੁਹਾਨੂੰ ਮਿਲ ਜਾ ਕਰੂਗੀ। ਸੋ ਟੀਚਰ ਸੈਗਮੈਂਟ, ਬੱਚਿਆਂ ਦੇ ਵਿੱਚ ਬਹੁਤ ਜੋਸ਼ ਸੀਗਾ, ਕੁੜੀਆਂ ਨੇ ਬਹੁਤ ਵਧੀਆ ਪਰਫੋਰਮ ਕੀਤਾ, ਗੱਲਾਂ ਬਾਤਾਂ ਕੀਤੀਆਂ, ਬਹੁਤ ਉਲਝਾਇਆ, ਆਪ ਵੀ ਕਈ ਥਾਂ 'ਤੇ ਉਲਝੇ, ਸੋ ਬਹੁਤ ਵਧੀਆ ਲੱਗਿਆ। ਬਹੁਤ ਬਹੁਤ ਢੇਰ ਸਾਰੇ ਗਿਫਟ ਮਿਲੇ, ਮੈਂ ਇਕੱਲੇ ਇਕੱਲੇ ਬੱਚੇ ਦਾ ਥੈਂਕਸ ਕਰਦਾ, ਇੰਨੇ ਪਿਆਰ ਦੇ ਨਾਲ ਇੰਨਾ ਟਾਈਮ ਕੱਢ ਕੇ, ਔਕਾਤ ਤੋਂ ਵੱਧ ਤੁਸੀਂ ਮੈਨੂੰ ਪਿਆਰ ਕਰਦੇ ਹੋ, ਸਪੋਰਟ ਕਰਦੇ ਹੋ, ਇਹ ਸਭ ਤੁਹਾਡੀਆਂ ਦੁਆਵਾਂ ਨਾਲ ਹੀ ਹੈ। ਲੱਲੂ ਘਰੇ ਕਬੱਲੀਆਂ ਰੱਬ ਸਿੱਧੀਆਂ ਪਾਉਂਦਾ, ਮੈਂ ਕਹਿੰਦਾ ਹੁੰਦਾ ਵੀ ਸ਼ੋਅ ਤੁਹਾਡੇ ਕਰਕੇ ਚੱਲਦਾ, ਤੁਹਾਡੇ ਪਰਿਵਾਰਾਂ ਕਰਕੇ ਚੱਲਦਾ। ਟੀਚਰ ਸਾਹਿਬਾਨ ਸਾਡੇ ਨਾਲ ਨੇ, ਪ੍ਰਿੰਸੀਪਲ ਮੈਮ ਨੇ, ਅਤੇ ਨਾਲ ਦੀ ਨਾਲ ਪ੍ਰੈਜ਼ੀਡੈਂਟ ਸਰ, ਬਹੁਤ ਹੀ ਰਿਸਪੈਕਟਿਡ ਓਮ ਪ੍ਰਕਾਸ਼ ਸਰ ਸਾਡੇ ਨਾਲ ਨੇ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਸਰ ਬਹੁਤ ਵਧੀਆ ਲੱਗਿਆ ਜੀ ਇਸ ਕਾਲਜ ਦੇ ਵਿੱਚ ਆ ਕੇ, ਤੁਹਾਨੂੰ ਵਧਾਈਆਂ। ਬੱਚਿਆਂ ਦੇ ਵਿੱਚ ਬਹੁਤ ਜੋਸ਼ ਹੈ ਜੀ, ਔਰ ਬੱਚੇ ਬਹੁਤ ਟੈਲੈਂਟਡ ਨੇ, ਬੱਚੇ ਬਹੁਤ ਕ੍ਰੀਏਟਿਵ ਨੇ, ਸੋ ਇਹ ਸਾਰਾ ਸਿਹਰਾ ਜਾਂਦਾ ਜੀ ਤੁਹਾਨੂੰ, ਤੁਸੀਂ ਪ੍ਰੈਜ਼ੀਡੈਂਟ ਹੋ ਜੀ ਇੱਥੋਂ ਦੇ। ਮੈਂ ਸਮਝਦਾ ਭਈ ਇਹ ਸਾਰਾ ਜਿਹੜਾ ਹੈਗਾ ਆ ਪ੍ਰਿੰਸੀਪਲ ਮੈਮ, ਸਟਾਫ ਔਰ ਸਟੂਡੈਂਟਸ ਦਾ ਜਿਹੜਾ ਆਪਣਾ ਜਿਹੜਾ ਹੈਗਾ, ਉਹਨਾਂ ਦੀ ਕੋਸ਼ਿਸ਼ ਜਿਹੜੀ ਆ, ਉਹਨਾਂ ਦੀ ਸੋਚ ਜਿਹਦੀ ਨੀਂਹ ਸਟਾਫ ਰੱਖਦਾ ਹੈਗਾ, ਬਿਲਕੁਲ ਇਹ ਉਹਦਾ ਸਦਕਾ। ਬਿਲਕੁਲ, ਔਰ ਤੁਸੀਂ ਇਸ ਚੀਜ਼ ਦੇ ਬਾਰੇ ਦੱਸ ਰਹੇ ਹਾਂ, ਇਟ ਮੀਨਸ ਵੀ ਸਾਡਾ ਸਟਾਫ ਜਿਹੜਾ ਆ ਡੈਫੀਨਿਟਲੀ ਸਕਸੈਸਫੁਲ ਆ। ਬਿਲਕੁਲ, ਸੋ ਇਸ ਲਈ ਮੈਂ ਤੁਹਾਡੀ ਟੀਮ ਨੂੰ ਔਰ ਆਪਣੇ ਸਟਾਫ ਨੂੰ ਵੀ ਮੁਬਾਰਕਬਾਦ ਦਿੰਦਾ। ਥੈਂਕ ਯੂ ਸੋ ਮਚ ਸਰ। ਇਹੀ ਨਹੀਂ, ਮੈਂ ਦੱਸਣਾ ਚਾਹਾਂਗਾ ਕਿ ਇਸ ਸਾਲ 20 ਸਾਡੀਆਂ ਲੜਕੀਆਂ ਜਿਹੜੀਆਂ ਹੈਗੀਆਂ ਆ ਯੂਨੀਵਰਸਿਟੀ 'ਚੋਂ ਟੌਪ ਕੀਤਾ ਆ, ਡਿਸਟਿੰਕਸ਼ਨ ਹੈ ਮੈਰਿਟ ਦੇ ਵਿੱਚ ਆ, ਔਰ ਬਹੁਤ ਸਾਰੀਆਂ ਕਲਾਸਾਂ ਦੇ ਜਿਹੜੇ ਰਿਜ਼ਲਟ ਆ 100% ਆ, ਔਰ ਇੱਦਾਂ ਦੀਆਂ ਵੀ ਵਿੱਚ ਸੈਕਸ਼ਨ ਹੈਗੇ ਆ ਵੀ ਜਿਹੜੇ ਸਾਰੇ ਜਿਹੜੇ ਹੈਗੇ ਆ ਉਹ ਫਸਟ ਡਿਵੀਜ਼ਨਰ ਆ। ਬਹੁਤ ਵਧੀਆ। ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਕਿਉਂਕਿ ਤੁਹਾਡਾ ਪ੍ਰੋਗਰਾਮ ਜਿਹੜਾ ਆ ਇਟਸ ਏ ਡਿਫਰੈਂਟ ਟਾਈਪ ਆਫ ਪ੍ਰੋਗਰਾਮ, ਨਹੀਂ ਸਭ ਕੁਝ ਹੈ, ਇੰਜੋਇਮੈਂਟ, ਨੌਲੇਜ ਵੀ ਹੋਣੀ ਚਾਹੀਦੀ ਹੈ ਜੀ। ਹਾਂ, ਪਤਾ ਲੱਗਣਾ ਚਾਹੀਦਾ ਹੈਗਾ। ਹੁਣ ਗੱਲਬਾਤ ਕਰਦੇ ਹਾਂ ਜੀ ਪ੍ਰਿੰਸੀਪਲ ਮੈਮ ਨਾਲ। ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਡਾਕਟਰ ਤੇਜਿੰਦਰ ਕੌਰ। ਠੀਕ ਹੈ ਮੈਮ। ਤੁਹਾਡਾ ਸਬਜੈਕਟ ਜੀ? ਮੇਰਾ ਪੰਜਾਬੀ। ਪੰਜਾਬੀ ਜੀ, ਚਲੋ ਠੀਕ ਹੈ ਜੀ। ਕਿੰਨੇ ਚਿਰ ਤੋਂ ਬਤੌਰ ਪ੍ਰਿੰਸੀਪਲ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ? ਜੂਨ 15 'ਚ ਜੁਆਇਨ ਕੀਤਾ ਸੀਗਾ। ਓਕੇ ਜੀ। ਮੈਨੂੰ 4 ਸਾਲ ਹੋ ਗਏ ਆ ਆਲਮੋਸਟ। ਬਹੁਤ ਵਧੀਆ, ਇੱਥੇ ਸੇਵਾ ਨਿਭਾ ਰਹੀ ਹਾਂ। ਬਹੁਤ ਵਧੀਆ। ਕਿੱਦਾਂ ਦਾ ਲੰਘ ਰਿਹਾ ਜੀ ਸਫ਼ਰ? ਬਹੁਤ ਵਧੀਆ ਸਫ਼ਰ ਆ ਮੈਨੂੰ। ਮੈਂ ਜਲੰਧਰ ਤੋਂ ਆਉਂਦੀ ਹਾਂ ਡੇਲੀ, ਅਤੇ ਪਹਿਲਾਂ ਮੈਨੂੰ ਲੱਗਦਾ ਸੀ ਕਿ ਮੈਂ ਕਿੱਥੇ ਆ ਗਈ ਹਾਂ, ਰੋਜ਼ ਉਹ ਸੜਕਾਂ ਟੁੱਟੀਆਂ ਹੋਈਆਂ, ਪਰ ਹੌਲੀ ਹੌਲੀ ਇੰਨੀ ਕੇ ਇਸ ਕਾਲਜ ਦੀ ਆਦਤ ਹੋ ਗਈ ਆ
ਕਿ ਹੁਣ ਮੇਰਾ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ। ਹੁਣ ਤੁਸੀਂ ਖੁਸ਼ੀ ਨਾਲ ਕਹਿੰਦੇ ਹੋ ਕਿ ਮੈਂ ਇੱਥੇ ਆ ਗਈ? ਮੈਂ ਖੁਸ਼ੀ ਨਾਲ ਕਹਿੰਦੀ ਹਾਂ, ਬਿਲਕੁਲ। ਮੈਨੂੰ ਲੱਗਦਾ ਕਿ ਇੰਨੇ ਇੱਥੋਂ ਦੇ ਸਾਡੇ ਮੈਨੇਜਮੈਂਟ ਦੇ ਮੈਂਬਰਸ, ਸਟਾਫ, ਵਿਦਿਆਰਥੀ ਸਾਰੇ ਹੀ ਇੰਨੇ ਕੋਆਪਰੇਟਿਵ ਹੈ ਕਿ ਉਹਨਾਂ ਨੇ ਕਦੀ ਵੀ ਕਿਸੇ ਗੱਲ ਤੋਂ ਮਨਾ ਨਹੀਂ ਕੀਤਾ। ਡਿਸਿਪਲਿਨ ਪੂਰਾ ਮੇਨਟੇਨ ਕਰਕੇ ਰੱਖਦੇ ਆ, ਅਤੇ ਇਸ ਕਰਕੇ ਸਟਾਫ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ ਕਿ ਪ੍ਰਿੰਸੀਪਲ ਤਾਂ ਸਟਾਫ ਦੇ ਨਾਲ ਹੁੰਦਾ। ਬਿਲਕੁਲ ਜੀ, ਬਿਲਕੁਲ। ਤੁਹਾਡਾ ਕੰਟੀਨੀ ਮੰਡੀਰ ਦਾ ਸਾਡੇ ਕਾਲਜ ਦੇ ਵਿੱਚ ਬਹੁਤ ਸਵਾਗਤ ਹੈ ਤੁਹਾਨੂੰ। ਅਸੀਂ ਕਾਫੀ ਦੇਰ ਤੋਂ ਸਾਰੇ ਸਟੂਡੈਂਟ ਸੀ, ਵੇਟ ਕਰ ਰਹੇ ਸੀ ਟੀਚਰਸ ਥੋੜ੍ਹਾ। ਸਾਰਿਆਂ ਬੱਚਿਆਂ ਮੈਂ ਦੇਖਿਆ, ਬਹੁਤ ਖੁਸ਼ੀ ਹੋਈ ਕਿ ਤੁਹਾਨੂੰ ਵੀ ਬੱਚਿਆਂ ਦੇ ਅੰਦਰੋਂ ਟੈਲੈਂਟ ਕੱਢਣਾ ਆਉਂਦਾ ਆ। ਟੈਲੈਂਟ ਤਾਂ ਹਰ ਬੱਚੇ ਦੇ ਵਿੱਚ ਹੁੰਦਾ ਆ, ਬਟ ਉਹਨਾਂ ਦੇ ਅੰਦਰੋਂ ਟੈਲੈਂਟ ਕੱਢਣ ਦੀ ਵੀ ਜਾਂਚ ਹੋਣੀ ਚਾਹੀਦੀ, ਸੋ ਰਵਨੀਤ ਦੇ ਅੰਦਰ ਹੈਗੀ ਆ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਬਹੁਤ ਵਧੀਆ ਲੱਗਿਆ ਜੀ। ਜ਼ੋਰਦਾਰ ਤਾੜੀਆਂ ਮੈਡਮ ਜੀ, ਜ਼ੋਰਦਾਰ ਤਾੜੀਆਂ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਜਸਵਿੰਦਰ ਕੌਰ ਸੰਘੇੜਾ। ਅੱਛਾ ਜੀ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ? ਮੈਂ ਬਿਲਗੇ ਪਿੰਡ ਤੋਂ ਕਰਦੀ ਹੈਗੀ ਹਾਂ। ਅੱਛਾ ਜੀ, ਹਾਂਜੀ। ਅਤੇ ਕਿੱਦਾਂ ਦਾ ਰਿਹਾ ਜੀ ਇੱਥੇ ਕਾਲਜ ਦੇ ਵਿੱਚ ਸਫ਼ਰ ਜਿੰਨਾ ਤੁਸੀਂ ਪੜ੍ਹਾਇਆ? ਹਾਂਜੀ, ਮੈਨੂੰ ਕਾਫੀ ਦੇਰ ਹੋ ਗਈ ਆ, ਮੈਂ 2009 ਤੋਂ ਇੱਥੇ ਪੜ੍ਹਾ ਰਹੀ ਹਾਂ। ਅੱਛਾ ਜੀ, ਹਾਂਜੀ, 10 ਸਾਲ ਹੋ ਗਏ ਤਕਰੀਬਨ। ਹਾਂਜੀ, 10 ਸਾਲ ਹੋ ਗਏ ਆ। ਚਲੋ, ਬਹੁਤ ਵਧੀਆ। ਕਾਲਜ ਦਾ ਮਾਹੌਲ ਜਿਹੜਾ ਆ ਇੱਕ ਪਰਿਵਾਰਿਕ ਹੈ ਸਾਡਾ, ਬਹੁਤ ਵਧੀਆ। ਸਾਡੇ ਸਟਾਫ ਮੈਂਬਰ, ਸਾਡੇ ਪ੍ਰੈਜ਼ੀਡੈਂਟ ਸਾਹਿਬ, ਮੈਡਮ ਤੇ ਸਾਰੇ ਬੱਚੇ ਵੀ ਜਿਹੜੇ ਹੈਗੇ ਆ ਸਾਨੂੰ ਕੋਆਪਰੇਟ ਕਰਦੇ ਆ। ਅਸੀਂ ਕੋਈ ਵੀ ਕੰਮ ਜਿਹੜਾ ਕਰਦੇ ਆ ਅਸੀਂ ਸਲਾਹ ਨਾਲ ਕਰਦੇ ਆ ਸਾਰੇ, ਤੇ ਸਾਨੂੰ ਇਦਾਂ ਦੀ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਕਿ ਕੋਈ ਕੰਮ ਜਿਹੜਾ ਆ ਕਿੱਦਾਂ ਕਰਨਾ ਹੈਗਾ। ਬਹੁਤ ਵਧੀਆ, ਤੇ ਸਾਰਾ ਬਹੁਤ ਸਹਿਮਤ ਨੇ ਇੱਕ ਸਾਰੇ ਇੱਕ ਦੂਜੇ ਦੇ ਨਾਲ। ਕੋਈ ਜਿਹੜੇ ਬੱਚੇ ਵੀਕ ਨੇ ਅਸੀਂ ਉਹਨਾਂ ਦੀ ਵੀ ਬਹੁਤ ਹੈਲਪ ਕਰਦੇ ਹੈਗੇ ਆ, ਪੜ੍ਹਾਈ ਦੇ ਪੱਖੋਂ ਵੀ ਕਰਦੇ ਆ, ਬੁੱਕਸ ਦੇ ਪੱਖੋਂ ਵੀ ਕਰਦੇ ਹੈਗੇ ਆ, ਯੂਨੀਫਾਰਮਸ ਦੇ ਪੱਖੋਂ ਵੀ ਕਰਦੇ ਹੈਗੇ ਆ, ਜਿੰਨਾ ਵੀ ਸਾਡੇ ਕੋਲੋਂ ਹੋ ਸਕਦਾ ਆ। ਸਾਰੇ ਟੀਚਰਸ ਵੀ ਜਿਹੜੇ ਹੈਗੇ ਆ ਸਾਰੇ ਕੋਆਪਰੇਟਿਵ ਨੇ, ਤੇ ਸਾਡਾ ਸਾਰਾ ਜਿਹੜਾ ਹੈਗਾ ਬਹੁਤ ਵਧੀਆ ਚੱਲ ਰਿਹਾ ਹੈ। ਹਾਂਜੀ, ਥੈਂਕ ਯੂ ਸੋ ਮਚ ਮੈਮ। ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਤੁਹਾਡਾ ਕੀ ਨਾਮ ਜੀ? ਕੁਲਦੀਪ ਕੌਰ। ਤੁਸੀਂ ਕੀ ਪੜ੍ਹਾਉਂਦੇ ਹੋ ਜੀ? ਪੰਜਾਬੀ। ਪੰਜਾਬੀ ਵਾਲੇ ਜੀ, ਕਿੱਥੋਂ ਪੜ੍ਹੇ ਹੋ ਜੀ ਆਪ? ਮੈਂ ਐਚਐਮਵੀ ਕਾਲਜ ਜਲੰਧਰ ਤੋਂ ਬਿਲੋਂਗ ਕਰਦੀ ਹਾਂ। ਉੱਥੋਂ ਪੜ੍ਹੇ? ਹਾਂਜੀ, ਬਿਲੋਂਗ ਕਰਦੇ ਉੱਥੋਂ? ਜਲੰਧਰ ਤੋਂ ਬਿਲੋਂਗ ਕਰਦੀ ਹਾਂ ਤੇ ਐਚਐਮਵੀ ਕਾਲਜ ਬਿਲੋਂਗ ਕਰਦੇ, ਪੜ੍ਹੇ ਉੱਥੋਂ? ਹਾਂਜੀ। ਓਕੇ ਜੀ, ਓਕੇ ਓਕੇ। ਤੁਹਾਡਾ ਸ਼ੁਰੂ ਤੋਂ ਸੁਪਨਾ ਸੀਗਾ ਟੀਚਿੰਗ ਵਾਲੀ ਲਾਈਨ 'ਚ? ਹਾਂਜੀ। ਪਰਿਵਾਰ 'ਚ ਕੌਣ ਕੌਣ ਜੀ? ਸਰ, ਇਨਲੋਸ ਦੇ ਵਿੱਚ ਮੇਰੇ ਮਦਰ ਇਨਲੋ ਆ, ਫਾਦਰ ਇਨਲੋ ਆ, ਮੇਰੇ ਹਸਬੈਂਡ, ਮੈਂ, ਮੇਰੇ ਬੱਚੇ ਦੋ, ਤੇ ਅਸੀਂ ਜੁਆਇੰਟ ਫੈਮਿਲੀ ਆ। ਮੇਰੇ ਜੇਠ ਹੈ, ਉਹਨਾਂ ਦੀ ਬੇਟੀ ਹੈ। ਚਲੋ, ਬਹੁਤ ਵਧੀਆ ਜੀ। ਹਾਂਜੀ, ਤੇ ਦੂਜੇ ਘਰ? ਉੱਥੇ ਮੇਰੇ ਮੰਮਾ ਪਾਪਾ, ਪਾਪਾ ਐਕਸਪਾਇਰ ਹੋ ਚੁੱਕੇ ਆ, 9 ਸਾਲ ਹੋ ਗਏ ਆ, ਤੇ ਅਸੀਂ 3 ਸਿਸਟਰ ਆ, 1 ਬ੍ਰਦਰ ਆ। ਸਾਰੇ ਠੀਕ ਠਾਕ ਜੀ? ਹਾਂਜੀ, ਸਭ ਵਧੀਆ ਜੀ। ਚਲੋ, ਬਹੁਤ ਵਧੀਆ, ਗੋਡ ਬlesਸ ਯੂ, ਪਰਿਵਾਰ ਖੁਸ਼ ਰਹਿਣ, ਦੋਵੇਂ ਪਰਿਵਾਰ ਚੜ੍ਹਦੀ ਕਲਾ ਚ ਰਹਿਣ। ਸਤਿ ਸ਼੍ਰੀ ਅਕਾਲ ਸਰ। ਤੁਹਾਡਾ ਕੀ ਨਾਮ ਜੀ? ਮੇਰਾ ਇੰਦਰਜੀਤ ਕੌਰ। ਅੱਛਾ, ਤੁਸੀਂ ਕੀ ਪੜ੍ਹਾਉਂਦੇ ਹੋ ਜੀ? ਮੈਂ ਪੋਲੀਟੀਕਲ ਸਾਇੰਸ ਪੜ੍ਹਾਉਂਦੀ ਹਾਂ। ਪੋਲੀਟੀਕਲ ਸਾਇੰਸ? ਹਾਂਜੀ ਸਰ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਤੇ ਤੁਹਾਡਾ ਇੱਧਰ ਹੀ ਸੀਗਾ ਸ਼ੁਰੂ ਤੋਂ? ਹਾਂਜੀ ਸਰ, ਮੈਂ ਸ਼ੁਰੂ ਤੋਂ ਟੀਚਿੰਗ ਲਾਈਨ ਹੀ, ਮੈਂ, ਮੇਰਾ ਡ੍ਰੀਮ ਸੀ। ਚਲੋ, ਸੁਪਨੇ ਪੂਰੇ ਹੋਏ, ਪਰਮਾਤਮਾ ਦਾ ਸ਼ੁਕਰ ਹੈ। ਹਾਂਜੀ, ਹਾਂਜੀ ਸਰ, ਗੋਡ ਬlesਸ ਮੀ। ਗੋਡ ਬlesਸ ਮੀ। ਬਹੁਤ ਵਧੀਆ, ਬਹੁਤ ਵਧੀਆ। ਪਰਿਵਾਰ 'ਚ ਕੌਣ ਕੌਣ ਤੁਹਾਡੇ? ਸਰ, ਮੇਰੇ ਹਸਬੈਂਡ। ਅੱਛਾ ਅੱਛਾ, ਬੱਲੇ ਬੱਲੇ ਸਰ, ਨਾਲ ਨਾਲ ਹੀ ਖੜੇ ਆ। ਠੀਕ ਹੈ ਜੀ। ਸਰ, ਮੇਰੇ ਮਦਰ ਇਨ ਲਾ, ਜਠਾਣੀ ਹੈ, ਬੇਟਾ ਹੈ, ਉਹਨਾਂ ਦੇ ਬੇਟਾ ਬੇਟੀ ਹੈ। ਠੀਕ ਹੈ ਜੀ। ਹਾਂਜੀ, ਇੱਧਰ ਉਹ, ਇਹਨਾਂ ਨੂੰ ਵੀ ਬੋਲਣ ਦਿਓ ਕੁਛ। ਸਰ, ਘਰ ਨਹੀਂ ਬੋਲਣ ਦੀ ਤਾਂ ਇੱਥੇ ਕੀ ਦਈਏ, ਵੇਖ ਲਓ ਸਰ। ਚਲੋ, ਕੀ ਕਰੀਏ, ਸਭ ਦੀ ਵਾਰੀ ਆਉਂਦੀ ਹੈ। ਇਹ ਸਰ ਜੱਗ ਹੁੰਦੀਆਂ ਆਈਆਂ ਜੀ, ਇਹ ਨਵੀਂ ਗੱਲ ਨਹੀਂ ਹੈ, ਨਵੀਂ ਗੱਲ ਨਹੀਂ, ਇਹ ਬਹੁਤ ਪੁਰਾਣੀ ਗੱਲ ਹੈ। ਸਿਰ ਪੈਂਦੀ ਆ ਉਹਨੂੰ ਪਤਾ, ਉਹਨੂੰ ਪਤਾ, ਉਹਨੂੰ ਪਤਾ। ਬੋਲਣ ਦਿਆ ਕਰੋ ਕਦੇ ਕਦੇ। ਕੋਈ ਨਹੀਂ ਸਰ, ਜਦੋਂ ਰਵਨੀਤ ਜੀ, ਜਦੋਂ ਵਾਰੀ ਤੁਹਾਡੀ ਆ ਜਾਣੀ ਹੈ ਨਾ, ਉਦੋਂ ਮੈਂ ਵੀ ਚੁੱਪ ਕਰ ਦਿੰਦਾ ਮੇਰੇ ਨਾਲ। ਚਲੋ, ਕੀ ਨਾਮ ਜੀ ਸਰ ਤੁਹਾਡਾ? ਮੇਰਾ ਨਾਮ ਅਸ਼ਵਨੀ ਕੁਮਾਰ ਹੈ ਜੀ। ਓਕੇ ਜੀ, ਤੁਸੀਂ ਕਾਹਦੇ ਪ੍ਰੋਫੈਸਰ ਜੀ? ਪੰਜਾਬੀ ਦਾ ਮੈਂ ਜੀ ਪ੍ਰੋਫੈਸਰ ਹਾਂ, ਇੱਥੇ 19 ਸਾਲ ਹੋ ਗਏ ਨੇ ਮੈਨੂੰ। ਵਾਹ ਜੀ ਵਾਹ, ਜ਼ੋਰਦਾਰ ਤਾੜੀਆਂ ਸਰ, ਬਹੁਤ ਪੁਰਾਣਾ ਸਟਾਫ ਹੈ ਜੀ। ਕੁੰਦੀ ਸਰ, ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇੱਥੇ ਮੇਰੀ ਅਪੁਆਇੰਟਮੈਂਟ ਹੋਈ ਸੀ। ਇਹਨਾਂ ਦੇ ਯੋਗ ਅਗਵਾਈ ਦੇ ਸਿਰ 'ਤੇ ਆ, ਜਿੰਨਾ ਵੀ ਆ ਹੁਣ ਕਾਲਜ ਦੀ ਡਿਵੈਲਪਮੈਂਟ ਹੋਈ ਆ, ਅਸੀਂ ਇਹਨਾਂ ਨਾਲ ਮਿਲ ਕੇ, ਇਹਨਾਂ ਨੇ ਸਾਡੇ ਨਾਲ ਮਿਲ ਕੇ, ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਸ ਕਾਲਜ ਨੂੰ ਜਿਹੜਾ ਇੱਥੇ ਤੱਕ ਲੈ ਕੇ ਆਏ। ਬਹੁਤ ਵਧੀਆ। ਵਿਆਹ ਨੂੰ ਕਿੰਨੇ ਸਾਲ ਹੋ ਗਏ ਜੀ? ਸਾਡੀ ਮੈਨੇਜਮੈਂਟ ਕਮੇਟੀ ਸਰ, ਵਿਆਹ ਨੂੰ ਹੋ ਗਿਆ ਜੀ 6 ਸਾਲ, 7ਵਾਂ ਚੱਲਦਾ ਪਿਆ ਜੀ। ਇਹਨਾਂ ਦੀ ਅਗਵਾਈ 'ਚ 19 ਸਾਲ ਹੋ ਗਏ ਪੜ੍ਹਾਉਂਦੇ ਨੂੰ, ਇਹਨਾਂ ਦੀ ਅਗਵਾਈ 'ਚ 6 ਸਾਲ ਹੋ ਗਏ ਵਿਆਹ ਨੂੰ, ਅਤੇ ਇਹਨਾਂ ਦੀ ਅਗਵਾਈ 'ਚ ਮੈਂ ਚੁੱਪ ਕਰ ਗਿਆ ਹੁਣ। ਇਹਨਾਂ ਦੀ ਅਗਵਾਈ 'ਚ ਮੈਂ ਚੁੱਪ ਕਰ ਗਿਆ, ਕਹਿ ਸਕਦੇ ਕਿ ਇਹਨਾਂ ਦੀ ਅਗਵਾਈ 'ਚ। ਠੀਕ ਹੈ ਜੀ, ਚਲੋ, ਬਹੁਤ ਵਧੀਆ। ਗੋਡ ਬlesਸ ਯੂ, ਬਹੁਤ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਜੀ। ਇਹਨੂੰ ਤੁਸੀਂ ਇੱਥੇ ਆਏ ਆ, ਸਾਡੇ ਕਾਲਜ ਦਾ ਮਾਹੌਲ ਤੁਸੀਂ ਦੇਖਿਆ ਆ, ਬਹੁਤ ਵਧੀਆ, ਬਹੁਤ ਵਧੀਆ ਬੱਚੇ ਨੇ, ਸਾਡੇ ਟੀਚਰ ਬਹੁਤ ਵਧੀਆ ਨੇ, ਸਾਡੀ ਕਮੇਟੀ ਬਹੁਤ ਵਧੀਆ ਆ, ਸਾਰੇ ਇੱਕ ਦੂਜੇ ਨਾਲ ਮਿਲ ਜੁਲ ਕੇ ਜਿਹੜਾ ਸਾਡਾ ਇਹ ਸਾਰੇ ਦਾ ਸਾਡਾ ਕੰਮ। ਸਾਰਿਆਂ ਨੂੰ ਬਹੁਤ ਵਧੀਆ ਕਹਿ ਤਾ, ਇੱਧਰ
ਮਾਤਾ ਜੀ ਆ, ਪਿਤਾ ਜੀ, ਤਿੰਨ ਸਿਸਟਰਸ ਆ। ਬਹੁਤ ਵਧੀਆ। ਕਿੰਨਾ ਚਿਰ ਹੋ ਗਿਆ ਤੁਹਾਨੂੰ? ਮੈਨੂੰ 6 ਸਾਲ ਹੋ ਗਏ ਜੀ। ਤੁਹਾਨੂੰ 6 ਸਾਲ ਹੋ ਗਏ ਤੇ ਕੀ ਪੜਾਉਂਦੇ ਹੋ ਤੁਸੀਂ? ਮੇਰਾ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ। ਓਕੇ ਜੀ, ਓਕੇ, ਚਲੋ ਬਹੁਤ ਵਧੀਆ। ਇੱਦਾਂ ਹੀ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ, ਤੁਸੀਂ ਇੱਥੇ ਪੜਾਉਂਦੇ ਰਹੋ, ਬੱਚਿਆਂ ਦਾ ਭਵਿੱਖ ਸੁਧਾਰਦੇ ਰਹੋ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਓਵਰ ਟੂ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ, ਕੁਲਵਿੰਦਰ। ਅੱਛਾ ਜੀ। ਹਾਂਜੀ ਕੁਲਵਿੰਦਰ ਜੀ। ਹਾਂਜੀ ਸਰ। ਤੁਸੀਂ ਕੀ ਪੜਾਉਂਦੇ ਹੋ? ਪੋਲੀਟੀਕਲ ਸਾਇੰਸ। ਪੋਲੀਟੀਕਲ ਸਾਇੰਸ। ਹਾਂਜੀ ਸਰ। ਪਰਿਵਾਰ 'ਚ ਕੌਣ ਕੌਣ ਤੁਹਾਡੇ? ਸਰ ਸਾਡੇ ਮਾਤਾ ਜੀ ਆ, ਪਾਪਾ ਜੀ ਆ, ਵੱਡਾ ਬ੍ਰਦਰ ਆ, ਦੋ ਸਿਸਟਰ ਆ, ਮੈਂ ਸਭ ਤੋਂ ਛੋਟਾ। ਨੋ ਸਰ। ਤਾਂ ਹੀ ਤੁਹਾਡੇ ਖੁਸ਼ੀ ਬੜੀ ਚਿਹਰੇ ਤੇ ਪੋਇਟਰੀ ਵੀ ਕਰਦਾ ਸੀਗਾ। ਸੁਣਾਓ ਫਿਰ ਕੁਛ। ਰਿਸ਼ਤੇ ਮੇਰੀ ਕਵਿਤਾ ਦਾ ਹਾਂਜੀ ਨਾਮ ਹੈ। ਕਿ ਜ਼ਖਮਾਂ ਵਾਂਗੂ ਰਹਿੰਦੇ ਰਿਸ਼ਤੇ, ਟੁੱਟ ਜਾਵਣ ਜਾਂ ਦਿਲ ਦੇ ਰਿਸ਼ਤੇ, ਚਾਹ ਕੇ ਵੀ ਨਹੀਂ ਤੋੜੇ ਜਾਂਦੇ, ਹੁੰਦੇ ਨੇ ਜੋ ਖੂਨ ਦੇ ਰਿਸ਼ਤੇ, ਆ ਜਾਵਣ ਜਦੋਂ ਲੈਣ ਫਰਿਸ਼ਤੇ, ਤਾਂ ਰੋਂਦੇ ਵੀ ਨੇ ਇਹੀ ਰਿਸ਼ਤੇ, ਛੱਡ ਇਹਨਾਂ ਨੂੰ ਕਿੱਧਰ ਜਾਈਏ, ਹੁੰਦੇ ਨੇ ਹਮਸਾਏ ਇਹ ਰਿਸ਼ਤੇ, ਮਾਂ ਦੀ ਮਮਤਾ ਦੀ ਛਾਵੇਂ ਬਹਿ, ਹੁੰਦੇ ਨੇ ਆਬਾਦ ਰਿਸ਼ਤੇ, ਟੋਨੀ ਕਬਰਾਂ ਤੱਕ ਇਹ ਨਾਲ ਨੇ ਜਾਂਦੇ, ਸਾਹਾਂ ਉੱਤੇ ਉਕਰੇ ਰਿਸ਼ਤੇ, ਟੋਨੀ ਕਬਰਾਂ ਤੱਕ ਇਹ ਨਾਲ ਨੇ ਜਾਂਦੇ, ਸਾਹਾਂ ਉੱਤੇ ਉਕਰੇ ਰਿਸ਼ਤੇ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਮਹਿਕ। ਅੱਛਾ ਜੀ, ਤੁਸੀਂ ਕੀ ਪੜਾਉਂਦੇ ਜੀ? ਇਨਕੀ ਭਾਬੀ ਹੂੰ। ਕਿਨਕੇ? ਹੈਲੋ, ਸਤਿ ਸ਼੍ਰੀ ਅਕਾਲ ਜੀ। ਆਪਕੇ ਭਾਬੀ ਹੈ? ਹਾਂਜੀ, ਮੈਂ ਕਮਰਸ ਡਿਪਾਰਟਮੈਂਟ ਦੀ ਟੀਚਰ ਹਾਂ, ਦੀਕਸ਼ਾ। ਔਰ ਮੇਰੇ ਭਾਬੀ ਤੁਹਾਡੇ ਬਹੁਤ ਵੱਡੇ ਫੈਨ ਨੇ, ਮਾਰਨਿੰਗ ਦੇ ਮੈਨੂੰ ਕਹਿ ਰਹੇ ਨੇ ਮੈਂ ਜਾਣਾ ਰਵਨੀਤ ਦਾ ਸ਼ੋਅ ਦੇਖਣਾ। ਥੈਂਕ ਯੂ ਜੀ, ਥੈਂਕ ਯੂ ਭਾਬੀ ਜੀ। ਚਲੋ ਚਲੋ, ਬਹੁਤ ਵਧੀਆ। ਅੱਛਾ, ਤੁਸੀਂ ਨਾਲ ਆਏ ਜੀ ਭਾਈ। ਚਲੋ ਬਹੁਤ ਵਧੀਆ। ਤੁਸੀਂ ਕਮਰਸ ਦੇ? ਹਾਂਜੀ, ਕਮਰਸ ਡਿਪਾਰਟਮੈਂਟ ਦੀ ਟੀਚਰ। ਕੀ ਨਾਮ ਹੈ ਤੁਹਾਡਾ? ਮੇਰਾ ਦੀਕਸ਼ਾ। ਦੀਕਸ਼ਾ ਜੀ। ਹਾਂਜੀ, ਤੁਸੀਂ ਕੀ ਪੇਸ਼ ਕਰੋਗੇ ਜੀ? ਐਕਚੁਅਲੀ ਗਰਲਸ ਕਾਲਜ ਆ, ਸੋ ਸਾਡੀ ਮੇਨ ਪਾਵਰ ਗਰਲਸ ਹੈ, ਸੋ ਇਹਨਾਂ ਦੇ ਲਈ ਮੈਂ ਇੱਕ ਮੈਸੇਜ ਦੇਣਾ ਚਾਹੂੰਗੀ ਸਾਰੀ ਸੁਸਾਇਟੀ ਨੂੰ। ਅੱਜ ਜੱਗ ਨੂੰ ਨਾ ਧੀ ਪਿਆਰੀ ਹੈ, ਅੱਜ ਜੱਗ ਨੂੰ ਨਾ ਧੀ ਪਿਆਰੀ ਹੈ, ਅੱਜ ਜੱਗ ਨੂੰ ਹੈ ਪੁੱਤ ਪਿਆਰਾ, ਪੁੱਤ ਹੁੰਦੇ ਸਾਰ ਮਾਂ ਬਾਪ ਕਹਿਣ, ਇਹ ਬਣੂ ਸਾਡੇ ਬੁਢਾਪੇ ਦਾ ਸਹਾਰਾ, ਸੁੱਖਾਂ ਸੁੱਖੇ ਪੁੱਤ ਜਦ ਮਿਲਦਾ, ਸੁੱਖਾਂ ਸੁੱਖੇ ਪੁੱਤ ਜਦ ਮਿਲਦਾ, ਲੱਖਾਂ ਲਾਣ ਲੜਾਉਂਦੇ ਅਤੇ ਪੜ੍ਹਾਉਂਦੇ ਨੇ, ਫਿਰ ਉਹੀ ਉਹ ਪੁੱਤ ਜਦੋਂ ਵੱਡੇ ਹੋ ਕੇ, ਫਿਰ ਉਹੀ ਉਹ ਪੁੱਤ ਜਦੋਂ ਵੱਡੇ ਹੋ ਕੇ ਬਾਪੂ ਦੀ ਜ਼ਮੀਨ ਬਣਾਉਂਦੇ ਨੇ, ਫਿਰ ਉਹੀ ਉਹ ਮਾਂ ਬਾਪ ਦੇ ਦਿਲ ਵਿੱਚ ਖਿਆਲ ਆਉਂਦਾ, ਜੇ ਰੱਬ ਇੱਕ ਕੁੜੀ ਹੋਰ ਦੇ ਦਿੰਦਾ ਤਾਂ ਸਾਨੂੰ ਇਹ ਦਿਨ ਨਾ ਦਿਖਾਉਂਦਾ, ਧੀ ਨੂੰ ਇਹ ਸਮਝ, ਧੀ ਨੂੰ ਸਮਝਦੇ ਇਹ ਤਾਜ, ਧੀ ਨੂੰ ਸਮਝਦੇ ਇਹ ਦਾਜ, ਪਰ ਬਣਦੀ ਸਿਰ ਦਾ ਤਾਜ, ਰੱਬ ਵਰਗੀ ਮਾਂ ਦੀ ਮੂਰਤ ਜਦੋਂ ਕੁੱਖਾਂ ਵਿੱਚ ਮਾਰ ਮਕਾਉਂਦੇ ਨੇ, ਮੈਨੂੰ ਫਿਰ ਵੀ ਸਮਝ ਨਹੀਂ ਆਉਂਦੀ ਲੋਕੀ ਕਿਉਂ ਪੁੱਤਾਂ ਨੂੰ ਚਾਹੁੰਦੇ ਨੇ, ਲੋਕੀ ਕਿਉਂ ਪੁੱਤਾਂ ਨੂੰ ਚਾਹੁੰਦੇ ਨੇ। ਥੈਂਕ ਯੂ ਰਵਨੀਤ ਜੀ, ਅੱਜ ਤੁਹਾਨੂੰ ਵਿਸ਼ੇਸ਼ ਤੌਰ 'ਤੇ ਬਹੁਤ ਵਧਾਈਆਂ, ਕਿਉਂਕਿ ਤੁਹਾਡੀ ਕੰਟੀਨੀ ਮੁੰਡੀਰ ਟੀਮ ਦੇ 5 ਸਾਲ ਪੂਰੇ ਹੋ ਗਏ ਆ ਅੱਜ, ਉਹਦੇ ਵਾਸਤੇ ਸਾਰੀ ਟੀਮ ਨੂੰ ਸਾਡੇ ਕਾਲਜ ਵੱਲੋਂ ਬਹੁਤ ਬਹੁਤ ਵਧਾਈ। ਥੈਂਕ ਯੂ ਜੀ। ਮੈਂ ਦੱਸਦਾ ਜੀ, 1 ਅਕਤੂਬਰ 2014 'ਚ ਸ਼ੋਅ ਸ਼ੁਰੂ ਹੋਇਆ ਸੀਗਾ, ਮੈਨੂੰ ਆਪ ਨਹੀਂ ਸੀ ਪਤਾ ਵੀ ਐਂ ਗੱਡੀ ਚੱਲ ਪੈਣੀ ਹੈ, ਸੋ 1 ਅਕਤੂਬਰ 2014 'ਚ ਸ਼ੁਰੂ ਹੋਇਆ ਅਤੇ ਹੁਣ 1 ਅਕਤੂਬਰ 2019 ਹੈ। 5 ਸਾਲ ਤੁਸੀਂ ਸ਼ੋਅ ਨੂੰ ਪਿਆਰ ਦਿੱਤਾ, ਔਰ ਇਹ ਮੈਨੂੰ ਲੱਗਦਾ ਵੀ ਕੋਈ ਪੰਜਾਬੀ ਸ਼ੋਅ ਪਹਿਲਾਂ ਹੀ ਹੋਊਗਾ ਜਿਹੜਾ 5 ਸਾਲ ਚੱਲ ਗਿਆ, ਪਰ ਇਹ ਸਾਰਾ ਕ੍ਰੈਡਿਟ ਤੁਹਾਨੂੰ ਜਾਂਦਾ। ਮੈਂ ਤਾਂ ਗੱਲਾਂ ਬਾਤਾਂ ਹੀ ਕਰਦਾ, ਕਦੇ ਉੱਧਰ ਦੀ ਸੁਣਾਤੀ, ਕਦੇ ਉੱਧਰ ਦੀ ਸੁਣਾਤੀ। ਮੈਮ ਦਾ ਮੈਂ ਥੈਂਕਸ ਕਰਦਾ, ਸਰ ਦਾ ਥੈਂਕਸ ਕਰਦਾ ਕਿ ਬੜਾ ਪਿਆਰਾ ਜਿਹਾ ਇੱਕ ਪੀਲੇ ਜਿਹੇ ਰੰਗ ਦਾ ਕੇਕ ਹੈ, ਉਹਨੂੰ ਦੇਖ ਦੇਖ ਮੂੰਹ 'ਚ ਆਈ ਜਾਂਦਾ ਪਾਣੀ। ਸੋ ਆਪਾਂ ਹੁਣ ਕੇਕ ਕੱਟਦੇ ਹਾਂ, ਖਤਮ ਕਰੋ ਕਹਾਣੀ। ਸੋ 5 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਆਪਾਂ ਕੇਕ ਕੱਟਦੇ ਹਾਂ ਜੀ। ਮੈਂ ਮੈਡਮ ਤੋਂ ਔਰ ਸਰ ਤੋਂ ਹੀ ਕੇਕ ਕਟਵਾਉਣਾ। ਸਾਰੇ ਬੱਚਿਆਂ ਨੂੰ ਕੇਕ ਮਿਲੂਗਾ ਥੋੜ੍ਹਾ ਥੋੜ੍ਹਾ। ਮੈਂ ਕਿਸੇ ਵੀ ਮੈਡਮ ਨੂੰ ਕਹਿ ਦੂੰਗਾ ਵੀ ਮੈਡਮ ਸਾਰੇ ਬੱਚਿਆਂ ਨੂੰ ਜ਼ਰੂਰ ਦੇ ਦਿਓ ਜੀ ਮੱਖੀਆਂ ਪਹਿਲਾਂ। ਸੋ ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਇੱਥੋਂ ਦੇ ਬੱਚਿਆਂ ਦਾ ਗਿੱਧਾ। ਵੇਖ ਸ਼ਕੀਨਾ ਖੜ ਕੇ ਕੀਤਾ ਜੱਟੀਆਂ ਦਾ, ਵੇਖ ਸ਼ਕੀਨਾ ਖੜ ਕੇ ਕੀਤਾ।
ਚਲੋ ਜੀ ਹੁਣ ਵਕਤ ਹੈ ਬਾਏ ਬਾਏ ਕਹਿਣ ਦਾ ਸ਼ੋਅ ਨੂੰ ਇੱਦਾਂ ਹੀ ਪਿਆਰ ਕਰਦੇ ਰਹੋ ਅਗਲੇ ਹਫ਼ਤੇ ਇੱਕ ਹੋਰ ਕਾਲਜ ਵਿੱਚ ਮਿਲਾਂਗੇ ਕੀਪ ਵਾਚਿੰਗ ਕੰਟੀਨਿਊ ਮੰਡੀਰ ਸ਼ੋਅ ਨੂੰ ਪਿਆਰ ਕਰਦੇ ਰਹੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਨੀਤ ਥੈਂਕ ਯੂ ਸੋ ਮੱਚ ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ ਨਾਲ ਦੇ ਨਾਲ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ ਸਤਿ ਸ਼੍ਰੀ ਅਕਾਲ ਜੀ